ਟਿਵਾਣਾ ਰੇਡੀ ਦੇ ਸਤਿਕਾਰ ਸਰੋਤੋ, ਇੱਕ ਰਿਪੋਰਟ ਹੈ ਕਿ ਬੀਬੀਆਂ 'ਚ ਸੈਰ ਸਪਾਟਾ ਵਧਿਆ। ਮੈਂ ਸਮਝਦਾ ਇਹ ਜ਼ਰੂਰੀ ਵੀ ਹੈ, ਕਿਉਂਕਿ ਜਿਵੇਂ ਉਹ ਕਹਿੰਦੇ ਆ ਨਾ ਕਿ ਸੌਣ ਮਹੀਨੇ, ਸਾਡੇ ਸੱਭਿਆਚਾਰ 'ਚ ਵੀ ਇਹ ਚੀਜ਼ਾਂ ਹੈਗੀਆਂ ਸੀ, ਹਾਲਾਂਕਿ ਉਹਨਾਂ ਦੇ ਪਿੱਛੇ ਕੁਝ ਲੌਜਿਕ ਹੋਰ ਸੀਗੇ। ਹੁਣ ਸਾਡੇ ਸੱਭਿਆਚਾਰ 'ਚ ਸੀ ਕਿ ਸੌਣ ਮਹੀਨੇ ਨੂੰਹ ਅਤੇ ਸੱਸ ਇਕੱਠੀਆਂ ਨਹੀਂ ਰਹਿਣੀਆਂ ਚਾਹੀਦੀਆਂ। ਜਿਸ ਤਰ੍ਹਾਂ ਬਾਈ ਜੀ ਵਿਪਨ ਰਾਜਾ ਨੇ ਗੱਲ ਸੁਣਾਈ, ਕਹਿੰਦਾ ਮੇਰਾ ਨਵਾਂ ਨਵਾਂ ਵਿਆਹ ਹੋਇਆ ਅਤੇ ਮੇਰੇ ਕਹਿੰਦਾ ਸਾਲੀ ਅਤੇ ਮੇਰਾ ਸਾਲਾ ਲੈਣ ਆ ਗਏ, ਵੀ ਅਸੀਂ ਤਾਂ ਲੈ ਕੇ ਜਾਣਾ। ਕਹਿੰਦਾ ਮੈਂ ਕਿਹਾ ਨਵਾਂ ਨਵਾਂ ਵਿਆਹ ਹੋਇਆ ਯਾਰ, ਹੁਣ ਤੁਸੀਂ ਲੈ ਕੇ ਜਾਂਦੇ ਹੋ, ਮੈਂ ਇਕੱਲਾ ਕੀ ਕਰੂੰ, ਹੈ ਨਾ? ਅਤੇ ਕਿਉਂਕਿ ਕੁਦਰਤੀ ਚਾਅ ਹੁੰਦਾ ਨਵੇਂ ਵਿਆਹ ਦਾ। ਅਤੇ ਕਹਿੰਦਾ ਉਹ ਕਹਿੰਦੇ ਜੀ ਨਹੀਂ ਵੀ ਸੌਣ ਮਹੀਨੇ ਤਾਂ ਭਾਅ ਜੀ ਵੀ ਸੱਸ ਅਤੇ ਨੂੰਹ ਇਕੱਠੀਆਂ ਨਹੀਂ ਰਹਿੰਦੀਆਂ। ਕਹਿੰਦਾ ਮੈਂ ਆਪਣੀ ਬੇਬੇ ਨੂੰ ਪੈਸੇ ਦਿੱਤੇ, ਲੈ ਬੈ ਬੇਬੇ ਤੂੰ ਨਾਨਕੀ ਜਾ ਆ। ਸੋ ਸੱਸ ਕਿਉਂ ਨਾ ਪੇਕੀ ਜਾਵੇ, ਨੂੰਹ ਹੀ ਕਿਉਂ ਜਾਵੇ ਪੇਕੀ ਜੀ? ਸੋ ਇਹ ਵੀ ਤਾਂ ਹੋ ਸਕਦਾ, ਕਿਉਂਕਿ ਜੇ ਸੱਸਾਂ ਘਰ ਦੀਆਂ ਮਾਲਕਣ ਨੇ ਤਾਂ ਕੱਲ੍ਹ ਨੂੰ ਨੂੰਹਾਂ ਨੇ ਵੀ ਬਣਨਾ ਨਾ। ਸੋ ਇਸ ਕਰਕੇ ਲਾਣੇਦਾਰੀ ਉਹਨਾਂ ਨੂੰ ਕਿਉਂ ਨਾ ਦਿੱਤੀ ਜਾਵੇ? ਸੋ ਇਸ ਸਿਲਸਿਲੇ ਦੇ ਵਿੱਚ ਇਹ ਜਿਹੜਾ ਵਰਤਾਰਾ ਚੱਲ ਰਿਹਾ ਨਾ, ਇਸ ਵਰਤਾਰੇ ਦੇ ਵਿੱਚ ਤੁਸੀਂ ਵੇਖੋ ਕਿ ਬਾਈ ਜੀ ਨੇ ਵੀ ਜ਼ਿਕਰ ਕੀਤਾ, ਮਾਨ ਸਿੰਘ ਹੋਰਾਂ ਨੇ, ਕਿ ਸੋਲੋ ਟੂਰਿਜ਼ਮ ਵੱਧ ਰਿਹਾ। ਵੈਸੇ ਸੈਰ ਦੇ ਮਾਮਲੇ 'ਚ ਮੈਂ ਅਕਸਰ ਕਹਿੰਦਾ ਹੁੰਦਾ, ਸੈਰ ਆਪਾਂ ਸਾਰੇ ਕਰਦੇ ਹਾਂ, ਸਮਾਂ ਮਿਲਦਾ, ਮੈਂ ਤਾਂ ਹੁਣ ਕਰ ਨਹੀਂ ਪਾ ਰਿਹਾ, ਬੜਾ ਟਾਈਮ, ਕਈ ਵਾਰੀ ਗਰਮੀਆਂ ਨਿਕਲ ਨਹੀਂ ਪਾਈਦਾ, ਸਵੇਰੇ ਸ਼ਾਮ ਹੀ ਹੁੰਦਾ, ਦੁਪਹਿਰੇ ਨਿਕਲ ਨਹੀਂ ਪਾਈਦਾ। ਅਤੇ ਇਸ ਦੌਰਾਨ ਤੁਸੀਂ ਵੇਖੋ ਕਿ ਸੈਰ ਬਾਰੇ ਇੱਕ ਜਿਹੜਾ ਅਖਾਣ ਹੈ ਨਾ, ਉਹ ਬਹੁਤ ਕਮਾਲ ਦਾ। ਇਹ ਤਾਂ ਅੰਗਰੇਜ਼ ਤਾਂ ਹੁਣ ਕਰਨ ਲੱਗੇ ਨੇ ਸੋਲੋ ਟੂਰਿਜ਼ਮ, ਇਕੱਲਿਆਂ ਦੀ ਸੈਰ, ਪਰ ਸਾਡੇ ਸੱਭਿਆਚਾਰ 'ਚ ਇਸ ਨੂੰ ਪਹਿਲਾਂ ਹੀ ਤਵੱਜੋ ਦਿੱਤੀ ਗਈ ਹੈ ਕਿ ਇੱਕ ਦੀ ਸੈਰ, ਦੋ ਦਾ ਹਾਸਾ, ਤਿੰਨ ਦਾ ਰੌਲਾ ਅਤੇ ਚਾਰ ਦਾ ਤਮਾਸ਼ਾ। ਸੋ ਇੱਕ ਦੀ ਸੈਰ, ਦੋ ਦਾ ਹਾਸਾ, ਤਿੰਨ ਦਾ ਰੌਲਾ ਅਤੇ ਚਾਰ ਦਾ ਤਮਾਸ਼ਾ। ਜਦੋਂ ਅਸੀਂ ਚਾਰ ਜਣੇ ਇਕੱਠੇ ਹੋ ਗਏ ਤਾਂ ਸਾਡੀ ਰਾਏ ਆਪਣੀ ਆਪਣੀ ਹੈ, ਕਿਸੇ ਨੇ ਕਹਿਣਾ ਯਾਰ ਬਸ ਬਹੁਤ ਹੋ ਗਈ, ਦੋ ਗੇੜੇ ਲਾ ਲਏ ਬਹੁਤ ਹੈ, ਅਤੇ ਜਾਂ ਫਿਰ ਉਹਨਾਂ ਨੇ ਕੋਈ ਗੱਲ ਛੇੜ ਲੈਣੀ ਹੈ। ਜਦੋਂ ਗੱਲ ਛੇੜ ਲਈ ਚਾਰ ਜਣਿਆਂ ਨੇ, ਤਾਂ ਚਾਰਾਂ ਦੀ ਕਿੱਥੇ ਬਣਦੀ, ਉਹ ਵੀ ਪੰਜਾਬੀਆਂ ਦੀ, ਚਾਰਾਂ ਦੇ ਚਾਰੇ ਰਾਹ, ਉਹ ਤਾਂ ਚੁਰਸਤਾ ਬਣ ਜਾਂਦਾ, ਚੱਤੋ ਪਹਿਰ ਬਣ ਜਾਂਦਾ, ਹੈ ਨਾ, ਚੱਤੋ ਵਾਲੀ ਵਾਂਗੂ, ਆਪਣੇ ਸਤਨਾਮ ਬਾਈ ਜੀ ਵਾਂਗੂ, ਉਹਨਾਂ ਦੇ ਪਿੰਡ ਵਾਂਗੂ। ਸੋ ਚਾਰਾਂ ਦੇ ਚਾਰੇ ਰਾਹ। ਸੋ ਜਦੋਂ ਇਕੱਲਾ ਬੰਦਾ ਸੈਰ ਕਰਦਾ, ਇੱਕ ਤਾਂ ਉਹਦੀ ਇਕਾਗਰਤਾ ਬਣੀ ਹੁੰਦੀ ਹੈ, ਅਤੇ ਦੂਸਰਾ ਫਿਰ ਉਹ ਤੁਰਿਆ ਤੁਰਿਆ ਵੀ ਜਾਂਦਾ ਅਤੇ ਉਹ ਆਪਣੇ ਮਨ ਦੀਆਂ ਗੱਲਾਂ ਸੋਚਦਾ ਰਹਿੰਦਾ ਕਿ ਕੀ ਚੰਗਾ ਅਤੇ ਕੀ ਮੰਦਾ। ਉਹਨੂੰ ਆਪਣੇ ਵਿਚਾਰ ਕਰਨ ਦੀ, ਮਨ ਕੀ ਬਾਤ ਮਨ ਦੇ ਨਾਲ ਕਰਨ ਦਾ ਮੌਕਾ ਵੀ ਮਿਲਦਾ। ਦੂਸਰਾ ਇਹਦੇ 'ਚ ਮੈਂ ਸਮਝਦਾ ਕਿ ਜਦੋਂ ਆਪਣੇ ਸਾਡੇ ਨਾਲ ਬਾਈ ਜੀ ਆਈ ਆਰ ਐੱਸ ਅਧਿਕਾਰੀ ਨੇ, ਇੰਦਰ ਸਿੰਘ ਘੱਗਾ ਬਾਈ, ਆਪਣਾ ਘੱਗਾ ਸਾਹਿਬ, ਅਮਰਜੀਤ ਸਿੰਘ ਹੋਰੀ, ਉਹ ਇੱਥੇ ਇਨਵਾਇਰਮੈਂਟ ਪਾਰਕ ਦੇ ਵਿੱਚ ਬਹੁਤ ਤੇਜ਼ ਸੈਰ ਕਰਦੇ ਆ, ਅਤੇ ਉਹਨਾਂ ਦੇ ਨਾਲ ਸੈਰ ਕਰਨ ਜਾਓ ਤਾਂ ਮੱਲੋ ਮੱਲੀ ਤੁਹਾਨੂੰ ਖਿੱਚ ਕੇ ਤੁਰਨਾ ਪੈਂਦਾ, ਜਿਹੜਾ ਮਤਲਬ ਤੁਹਾਡੇ ਨਾਲ ਦਾ ਤੋਰੇ ਵਾਲਾ ਬੰਦਾ, ਅਤੇ ਤੁਹਾਨੂੰ ਵੀ ਤੁਰਨਾ ਪੈਂਦਾ, ਅਤੇ ਉਹ ਮਤਲਬ ਸਰੀਰ ਐਨ ਖਿੱਚਿਆ ਜਾਂਦਾ, ਰਿਸਕ ਵਾਚ ਜਿਹੜੀ ਹੈਗੀ ਨਾ, ਵੀ ਮਤਲਬ ਖਿੱਚ ਕੇ ਸੈਰ ਕਰਨੀ। ਸੋ ਇਹਦੇ 'ਚ ਕਿਤੇ ਨਾ ਕਿਤੇ ਇਸ ਗੱਲ ਦੇ ਵਿੱਚ ਉਹਦਾ ਫਾਇਦਾ ਵੀ ਹੈ, ਅਤੇ ਜਦੋਂ ਤਿੰਨ ਜਾਂ ਚਾਰ ਹੋ ਜਾਂਦੇ ਨੇ ਫਿਰ ਉਹ ਸੈਰ ਘੱਟ ਅਤੇ ਹਾਸਾ ਠੱਠਾ ਜਿਹੜਾ ਹੈ ਉਹ ਵੱਧ ਹੈ। ਪਰ ਹੁਣ ਜਿਸ ਤਰ੍ਹਾਂ ਇਹ ਸਾਰਾ ਸਿਲਸਿਲਾ ਚੱਲ ਰਿਹਾ, ਇਸ ਸਿਲਸਿਲੇ ਵਿੱਚ ਤੁਸੀਂ ਵੇਖੋ ਕਿ ਬਾਬਾ ਬਰਫਾਨੀ ਦੀ ਯਾਤਰਾ ਵੀ ਅੱਜ ਤੋਂ ਸ਼ੁਰੂ ਹੋ ਗਈ ਹੈ। ਪਹਿਲੇ ਜਥੇ ਨੂੰ 4603 ਤੀਰਥ ਯਾਤਰੀਆਂ ਨੂੰ ਕੱਲ੍ਹ ਕੁਲਗਾਮ ਦੇ ਵਿੱਚ ਸਵਾਗਤ ਕੀਤਾ ਗਿਆ। ਬਾਲਟਾਲ ਕੈਂਪ ਦੇ ਵਿੱਚ ਮੌਸਮ ਦਾ ਕੋਈ ਭਰੋਸਾ ਨਹੀਂ ਹੈ, ਜਾਣੀ ਇਸ ਤਰ੍ਹਾਂ ਦੀ ਧਾਰਮਿਕ ਸੈਰ ਵੀ ਹੈ। ਇਸ ਤੋਂ ਪਹਿਲਾਂ ਕਿ ਇਹਨਾਂ ਸਿਲਸਿਲਿਆਂ ਤੋਂ ਪਹਿਲਾਂ ਧਰਮ ਦੀ ਸੈਰ ਜਿਹੜੀ ਸਾਡੇ ਸ਼ੁਰੂ ਹੋ ਜਾਂਦੀ ਹੈ, ਜਿਸ ਸਿਲਸਿਲੇ ਵਿੱਚ ਤੁਸੀਂ ਵੇਖੋ ਕਿ ਦੇਵੀ ਦਰਸ਼ਨਾਂ ਨੂੰ ਲੋਕ ਜਾਂਦੇ ਨੇ। ਹਾਲਾਂਕਿ ਸਿੱਖਾਂ 'ਚ ਇਹ ਚੀਜ਼ ਦਾ ਬਹੁਤਾ ਕੋਈ ਰੁਝਾਨ ਭਾਵੇਂ ਨਹੀਂ ਹੈ, ਅਤੇ ਇਸ ਸਿਲਸਿਲੇ ਵਿੱਚ ਤੁਸੀਂ ਵੇਖੋ ਕਿ ਜਿਹੜੀ ਟੈਕਨੋਲੋਜੀ ਦੇ ਵਿੱਚ ਸੁਰੱਖਿਆ ਹੋਈ ਹੈ, ਜਾਂ ਯਾਤਾਯਾਤ ਜਾਂ ਵਾਤਾਵਰਨ ਨਾਲ ਜੁੜੀਆਂ
ਜਾਣਕਾਰੀਆਂ ਮਿਲਣਾ ਆਸਾਨ ਹੋਈਆਂ ਨੇ ਕਿ ਕਿੱਥੇ ਘੁੰਮ ਸਕਦੇ ਹੋ। ਅੱਗੇ ਰੇਲਵੇ ਦੀ ਟਿਕਟ ਹੀ ਬੜੀ ਔਖੀ ਸ਼ੈ ਹੁੰਦੀ ਸੀ, ਅਤੇ ਹੁਣ ਇਸ ਮੁਤਾਬਕ ਭਾਰਤ ਦੇ ਵਿੱਚ ਵੀ ਇਕੱਲੇ ਘੁੰਮਣ ਵਾਲੀਆਂ ਔਰਤਾਂ ਦੀ ਤਾਦਾਦ ਵਧੀ ਹੈ। ਇਸ ਸਿਲਸਿਲੇ ਵਿੱਚ ਦੇਸ਼ ਦੇ ਵਿੱਚ ਇਕੱਲੇ ਘੁੰਮਣ ਵਾਲੀਆਂ ਮਹਿਲਾ ਯਾਤਰੀਆਂ ਦੀ ਸੰਖਿਆ 47% ਹੈ ਅਤੇ ਪੁਰਸ਼ਾਂ ਦੀ 37% ਹੈ, ਜਾਣੀ ਔਰਤਾਂ ਇਕੱਲੇ ਘੁੰਮਣ ਵਾਲੀਆਂ 10% ਜ਼ਿਆਦਾ ਨੇ। ਟਰੈਵਲ ਕ੍ਰੈਡਿਟ ਕਾਰਡ ਫਿਨਟੈਕ ਫਾਰਮ ਸਕੇਪੀਆ ਨੇ ਕੱਲ੍ਹ ਇੱਕ ਅੰਕੜੇ ਜਾਰੀ ਕੀਤੇ ਨੇ ਜਿਸ ਵਿੱਚ ਦੱਸਿਆ ਕਿ ਜਨਵਰੀ ਮਹੀਨੇ ਦੀ ਤੁਲਨਾ ਦੇ ਵਿੱਚ ਗਰਮੀਆਂ ਦੇ ਵਿੱਚ ਵਿਦੇਸ਼ ਘੁੰਮਣ ਦੇ ਲਈ ਜਿਹੜੇ ਉਹਨਾਂ ਦੇ ਪਲੇਟਫਾਰਮ ਤੋਂ ਹੋਣ ਵਾਲੀ ਬੁਕਿੰਗ ਦੇ ਵਿੱਚ 30% ਵਾਧਾ ਹੋਇਆ। ਇਸ ਦੇ ਵਿੱਚ ਇਕੱਲੇ ਘੁੰਮਣ ਜਾਣ ਵਾਲੀਆਂ ਭਾਰਤੀ ਮਹਿਲਾਵਾਂ ਦੀ ਸੰਖਿਆ 47% ਹੈ ਅਤੇ ਪੁਰਸ਼ਾਂ ਦੀ ਸੰਖਿਆ 37% ਹੈ। ਅਤੇ ਏਅਰਪੋਰਟ ਦੇ ਮੁਤਾਬਕ ਥਾਈਲੈਂਡ ਮਲੇਸ਼ੀਆ ਜਾਣ ਵਾਲੀਆਂ ਯਾਤਰਾ ਦੇ ਵਿੱਚ ਜਿਹੜੀ ਯਾਤਰੀਆਂ ਦੀ ਸੰਖਿਆ ਉਹ 4 ਗੁਣਾ ਹੈ, ਲੇਕਿਨ ਨੇਪਾਲ ਜਾਣ ਵਾਲੇ ਯਾਤਰੀਆਂ ਦੀ ਬੁਕਿੰਗ 3 ਗੁਣਾ ਵਧੀ ਹੈ। ਇਸ ਕੰਪਨੀ ਦੇ ਮੁਤਾਬਕ ਇਕੱਲੇ ਘੁੰਮਣ ਵਾਲੀਆਂ ਮਹਿਲਾਵਾਂ ਦੀ ਵੱਧਦੀ ਸੰਖਿਆ ਦੇ ਵਿੱਚ ਕਾਰਨ ਇਹ ਹੈ ਕਿ ਭਾਰਤੀ ਟੂਰਿਜ਼ਮ ਅਤੇ ਜਿਹੜਾ ਟੂਰਿਸਟ ਬਾਜ਼ਾਰ ਹੈ ਉਸ ਦੇ ਵਿੱਚ ਅੱਛੀ ਖਬਰ ਹੈ। ਇਸ ਬਦਲਾਅ ਦਾ ਜਿਹੜਾ ਸਿਹਰਾ ਤਕਨੀਕ ਨੂੰ ਜਾਂਦਾ, ਜੋ ਤਕਨੀਕੀ ਪ੍ਰਗਤੀ ਆਈ ਹੈ, ਇਸ ਦੇ ਵਿੱਚ ਰੀਅਲ ਟਾਈਮ ਟਰੈਵਲ ਸਪੋਰਟਸ ਹੈ, ਉਹ ਮਤਲਬ ਵਧੀਆ ਸੁਰੱਖਿਆ ਤੁਹਾਨੂੰ ਮਿਲਦੀ ਹੈ, ਸੇਫਟੀ ਹੈ, ਔਨਲਾਈਨ ਪਲੇਟਫਾਰਮ 'ਤੇ ਯਾਤਰੀਆਂ ਨੂੰ ਜੁੜੀਆਂ ਸੂਚਨਾਵਾਂ ਮਿਲਦੀਆਂ ਨੇ। ਇਸ ਮੁਤਾਬਕ ਇਸ ਕੰਪਨੀ ਦੀ ਰਿਪੋਰਟ ਦੇ ਮੁਤਾਬਕ ਫਰਵਰੀ ਤੋਂ ਲੈ ਕੇ ਮਈ ਤੱਕ ਜਿਹੜੇ ਇਹ ਯਾਤਰੀ ਨੇ ਗੋਆ, ਬਨਾਰਸ, ਸ਼੍ਰੀਨਗਰ, ਪੋਰਟ ਬਲੇਅਰ, ਲੇਹ ਦੇ ਪਸੰਦੀਦਾ ਟਿਕਾਣਿਆਂ 'ਤੇ ਜਾਂਦੇ ਨੇ। ਲੇਹ ਲੱਦਾਖ ਜਿਹੜੇ ਅੰਤਰਰਾਸ਼ਟਰੀ ਯਾਤਰੀ ਨੇ ਉਹ ਜ਼ਿਆਦਾਤਰ UAE, ਥਾਈਲੈਂਡ, ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ ਅਤੇ ਸ਼੍ਰੀਲੰਕਾ ਜਾਣ ਦੇ ਵਿੱਚ ਜ਼ਿਆਦਾ ਰੁਚੀ ਵਿਖਾ ਰਹੇ ਨੇ। ਅਪ੍ਰੈਲ ਤੋਂ ਮਈ ਤੱਕ 6,70,00,000 ਭਾਰਤੀ ਯਾਤਰੀਆਂ ਨੇ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣ ਦਾ ਟਿਕਟ ਕਟਾਇਆ, ਯਾਨੀ ਕਿ 7.25 ਕਰੋੜ ਲੋਕਾਂ ਨੇ। ਅਤੇ ਜਿਸ ਦੌਰਾਨ ਪਿਛਲੇ ਸਾਲ 2 ਮਹੀਨਿਆਂ ਦੇ ਵਿੱਚ ਇਹ ਜਿਹੜੇ ਪਿਛਲੇ ਵਰ੍ਹੇ ਦੇ ਇਹਨਾਂ 2 ਮਹੀਨਿਆਂ ਦੇ ਵਿੱਚ 6,25,00,000 ਸੀ ਅਤੇ ਇਸ ਵਾਰੀ 6,70,00,000, ਯਾਨੀ ਤੁਸੀਂ ਹਿਸਾਬ ਲਾ ਲਓ ਕਿ ਇਹ 45,00,000 ਵਾਧਾ ਹੋ ਗਿਆ ਇਹਨਾਂ 2 ਮਹੀਨਿਆਂ ਦਾ, ਅਪ੍ਰੈਲ ਅਤੇ ਮਈ 2 ਮਹੀਨਿਆਂ ਦਾ ਪਿਛਲੇ ਸਾਲ ਦੇ ਨਾਲੋਂ। ਇਸ ਵਾਰੀ 45,00,000 ਵੱਧ ਬੰਦੇ ਨੇ ਟਿਕਟਾਂ ਕਟਾਈਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ। ਸੈਂਟਰ ਫਾਰ ਮੋਨੀਟਰਿੰਗ ਇੰਡੀਅਨ ਇਕੋਨਮੀ ਦੇ ਅੰਕੜੇ ਦੱਸਦੇ ਨੇ ਕਿ ਇਕੱਲੇ ਮਈ ਮਹੀਨੇ ਦੇ ਵਿੱਚ 3,46,00,000 ਅਤੇ ਅਪ੍ਰੈਲ ਮਹੀਨੇ ਦੇ ਵਿੱਚ 3,32,00,000 ਯਾਤਰੀਆਂ ਨੇ ਉਡਾਨ ਭਰੀ ਹੈ ਇੰਡੀਆ 'ਚੋਂ। CMI ਦੇ ਮੁਤਾਬਕ ਮਈ ਮਹੀਨੇ ਦੇ ਵਿੱਚ ਹਵਾਈ ਯਾਤਰੀਆਂ ਦੀ ਸੰਖਿਆ 5 ਸਾਲ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਤੇਜਸ ਦੇ ਵਿੱਚ ਤੁਸੀਂ ਹੁਣ ਵੇਖੋ ਕਿ ਇਹਦਾ ਪੱਖ ਜਿਹੜਾ ਦੂਸਰਾ ਪੱਖ ਕੀ ਹੈ, ਕਿਉਂਕਿ ਇੱਕ ਤਾਂ ਇਹ ਹੈ ਕਿ ਇਸ ਤਰ੍ਹਾਂ ਦੀਆਂ ਰਿਪੋਰਟਸ ਜਿਹੜੀਆਂ ਆਉਂਦੀਆਂ ਨੇ ਤਾਂ ਇਹ ਫਿਰ ਜਿਹੜੇ ਪੋਰਟਲ ਜਿਹੜੀਆਂ ਸੰਸਥਾ ਇਹ ਡਾਟਾ ਇਕੱਠਾ ਕਰਦੀਆਂ ਨੇ, ਉਹ ਮਤਲਬ ਆਪਣਾ ਡਾਟਾ ਜਦੋਂ ਜਨਤਕ ਕਰਦੀਆਂ ਨੇ ਤਾਂ ਉਸ ਦੇ ਵਿੱਚ ਗੱਲ ਇਹ ਹੈ ਕਿ ਇੱਕ ਤਾਂ ਉਹਨਾਂ ਦੀ ਚਲੋ ਪ੍ਰਮੋਸ਼ਨ ਹੋ ਜਾਂਦੀ ਹੈ ਜਿਸ ਤਰ੍ਹਾਂ ਇਸ ਸੰਸਥਾ ਦਾ ਮੈਂ ਜ਼ਿਕਰ ਕੀਤਾ, ਦੂਸਰਾ ਇਸ ਨੂੰ ਦੇਖ ਕੇ ਬੂਸਟ ਮਿਲਦਾ, ਅਗਲਾ ਕਹਿੰਦਾ ਯਾਰ ਔਰਤਾਂ ਜਾ ਰਹੀਆਂ ਨੇ ਸੁਰੱਖਿਆ, ਜੇ 47% ਜਾਂਦੀਆਂ ਨੇ ਤਾਂ ਮੈਂ ਕਿਉਂ ਨਾ ਜਾਵਾਂ, ਬੀਬੀਆਂ ਅੜ ਜਾਂਦੀਆਂ ਨੇ। ਅਤੇ ਦੂਸਰਾ ਜਿਸ ਤਰ੍ਹਾਂ ਮਾਨਸਿਕ ਸਮੱਸਿਆਵਾਂ ਵੱਧ ਰਹੀਆਂ ਨੇ, ਕਰੋਨਾ ਆਇਆ, ਕਰੋਨਾ ਤੋਂ ਬਾਅਦ ਜਿਵੇਂ ਉਹ ਗੱਲ ਪੰਜਾਬ ਦਾ ਇਤਿਹਾਸ ਸੀ ਕਿ ਖਾਧਾ ਪੀਤਾ ਲਾਹੇ ਦਾ ਬਾਕੀ ਨਾਦਰ ਸ਼ਾਹੇ ਦਾ, ਕਿ ਜ਼ੋਰ ਜ਼ਾਰ ਖਾ ਪੀ ਲਓ ਚੰਗਾ। ਦੂਸਰਾ ਇਹ ਹੈ ਕਿ ਡਾਕਟਰਾਂ ਨੂੰ ਪੈਸੇ ਦੇਣ ਨਾਲੋਂ ਅਗਲਾ ਕਹਿੰਦਾ ਸੈਰ ਸਪਾਟਾ ਕਰ ਲਓ, ਕੀ ਮਾੜਾ, ਉਹ ਵੀ ਤਾਂ ਪੈਸੇ ਵੇਸਟ ਕਰਦੇ ਹੋ, ਸੈਰ ਸਪਾਟਾ ਕਰ ਲਓ। ਤੀਸਰਾ ਜਿਹੜਾ ਕਾਰਨ ਹੈ ਕਿ ਉਹ ਜਿਉਂ ਜਿਉਂ ਪ੍ਰਵਾਸ ਵਧਿਆ, ਤੁਸੀਂ ਵੇਖੋ ਕਿ ਵਿਦੇਸ਼ਾਂ ਦੇ ਵਿੱਚ ਜਿਹੜੇ ਬੱਚੇ ਕਿੰਨੇ ਨੇ, ਹੁਣ ਬਜ਼ੁਰਗ ਨੇ
ਜਾਂ ਘਰ ਦੇ ਜਿਹੜੇ ਜ਼ਿੰਮੇਵਾਰ ਬੰਦੇ ਨੇ ਉਹ ਨਿਕਲ ਨਹੀਂ ਪਾਉਂਦੇ, ਕਿਉਂਕਿ ਜ਼ਿਆਦਾਤਰ ਕੰਮ ਕਾਜ ਇੰਡੀਆ 'ਚ ਬੰਦਿਆਂ ਦੇ ਕੋਲ ਹੀ ਹੈ, ਘਰ ਦੀਆਂ ਲਾਣੇਦਾਰੀਆਂ ਜਾਂ ਬਿਜ਼ਨਸ, ਬੀਬੀਆਂ ਜ਼ਿਆਦਾ ਹਾਊਸ ਹੋਲਡ ਦਾ ਕੰਮ ਕਰਦੀਆਂ ਨੇ। ਅਤੇ ਇਸ ਕਰਕੇ ਅਗਲਾ ਕਹਿੰਦਾ ਚੱਲ ਬੱਚੇ ਬਾਹਰ ਨੇ ਯਾਰ ਤੂੰ ਜਾ, ਅਗਲਾ ਵਾਈਫ ਨੂੰ ਭੇਜ ਦਿੰਦਾ ਜਾਂ ਮਾਤਾ ਨੂੰ ਜਾਂ ਦਾਦੀ ਨੂੰ ਭੇਜ ਦਿੰਦਾ ਕਿ ਚੱਲ ਬੱਚਿਆਂ ਕੋਲ ਘੁੰਮਿਆ। ਅਤੇ ਇਹ ਵੀ ਕਾਰਨ ਹੈ। ਦੂਸਰਾ, ਅੱਜ ਅੱਗੇ ਤੀਰਥ ਯਾਤਰਾ ਕਰਦੇ ਸੀ, ਤੀਰਥ ਯਾਤਰਾ ਅੱਜ ਵੀ ਵੱਧ ਰਹੀ ਹੈ, ਕੋਈ ਦੋਰਾਵਾ ਨਹੀਂ ਹੈ, ਪਰ ਤੀਰਥ ਯਾਤਰਾ ਦੀ ਬਜਾਏ ਆਮ ਲੋਕ ਹੁਣ ਸੈਰ ਸਪਾਟੇ ਵੱਲ ਨੂੰ ਵੀ ਆ ਗਏ ਨੇ ਕਿ ਯਾਰ ਸੋਲੋ ਟੂਰਿਜ਼ਮ ਜਦੋਂ ਵਧੀ ਹੈ ਨਾ ਪੂਰੀ ਦੁਨੀਆ 'ਚ ਇਕੱਲਿਆਂ ਦੀ ਸੈਰ, ਅਤੇ ਲੋਕ ਥੋੜ੍ਹਾ ਜਿਹਾ ਹੌਸਲੇ 'ਚ ਵੀ ਆਏ ਨੇ, ਅਤੇ ਉਸ ਕਰਕੇ ਇੱਕ ਟ੍ਰੈਂਡਿੰਗ ਦੇ ਵਿੱਚ ਆ ਨੈੱਟ ਦੇ ਵਿੱਚ। ਤੁਸੀਂ ਵੇਖਿਆ ਜਿਸ ਤਰ੍ਹਾਂ ਮੈਂ ਸਾਡੇ ਭੈਣ ਰਾਣੀ ਦਾ ਜ਼ਿਕਰ ਕੀਤਾ, ਉਹ ਜਾਂਦੇ ਰਹਿੰਦੇ ਆ, ਪ੍ਰਿੰਸੀਪਲ ਰਿਟਾਇਰ ਨੇ, ਅਤੇ ਇਹ ਵੀ ਰੁਝਾਨ ਲੋਕਾਂ 'ਚ ਵਧਿਆ, ਉਹਨਾਂ ਦੇ ਗਰੁੱਪ ਬਣ ਗਏ ਬੀਬੀਆਂ ਦੇ, ਜਿਵੇਂ ਪਹਿਲਾਂ ਕਿੱਟੀ ਪਾਰਟੀਆਂ ਹੁੰਦੀਆਂ ਸੀ, ਅਤੇ ਹੁਣ ਉਹ ਅੱਜ ਕੱਲ੍ਹ ਕਹਿੰਦੇ ਆ ਕਿ ਉਹ ਪੈਨਸ਼ਨ ਮਿਲਦੀ ਹੈ, ਚਾਰ ਪੈਸੇ ਨੇ ਕਿ ਭਾਈ ਚਲੋ ਘੁੰਮਣ ਚੱਲਦੇ ਹਾਂ। ਉਹ ਜਦੋਂ ਬੰਦਾ ਕਿਤੇ ਰੋਜ਼ ਦੀ ਲਾਈਫ ਤੋਂ ਇੱਕ ਸੰਡੇ ਸਾਡੀ ਲਾਈਫ 'ਚ ਆਉਂਦਾ, ਅਤੇ ਸਾਨੂੰ ਕਿੰਨਾ ਸਕੂਨ ਮਿਲਦਾ। ਜਿਵੇਂ ਨਰਿੰਦਰ ਸਿੰਘ ਕਪੂਰ ਕਹਿੰਦੇ ਕਿ ਰਿਟਾਇਰਮੈਂਟ 31 ਐਤਵਾਰਾਂ ਵਾਲਾ ਮਹੀਨਾ, ਮਤਲਬ ਰੋਜ਼ ਤੁਹਾਡੀ ਲਾਈਫ ਹੈ, ਤੁਸੀਂ ਉਸ ਨੂੰ ਆਪਣਾ ਇੱਕ ਸਿਸਟਮ। ਬਹੁਤ ਸਾਰੇ ਹੁਣ ਪੈਕੇਜ ਆਉਣ ਲੱਗ ਪਏ ਨੇ, ਬਹੁਤ ਸਾਰੀਆਂ ਕੰਪਨੀਆਂ ਤੁਹਾਨੂੰ ਘਰੋਂ ਸੱਦਦੀਆਂ ਨੇ, ਤੁਹਾਡਾ ਪੈਕੇਜ ਨਿਕਲਿਆ ਜੀ, ਤੁਸੀਂ ਇਹ ਜੁਆਇਨ ਕਰ ਲਓ, ਕਲੱਬ ਮਹਿੰਦਰਾ ਜਾਂ ਹੋਰ। ਕਈ ਵਾਰੀ ਠੱਗੀ ਵੀ ਲੱਗ ਜਾਂਦੀ ਹੈ, ਉਹ ਤੁਹਾਨੂੰ ਆਖਰੀ ਸਮੇਂ ਤੱਕ ਇੰਨਾ ਫਸਾਉਂਦੇ ਆ। ਖੈਰ ਮੈਂ ਗਿਆ ਦੁੱਤਨ ਵਾਰੀ, ਉਸ ਦੌਰਾਨ ਤੁਸੀਂ ਆਖਰੀ ਸਮੇਂ ਤੱਕ ਅੜੇ ਰਹੋ ਕਿ ਉਹ ਤੁਹਾਡੇ 'ਤੇ 2 ਘੰਟੇ ਲਾਉਣਗੇ, ਉਹ ਹਸਬੈਂਡ ਵਾਈਫ ਨੂੰ ਬੁਲਾਉਣਗੇ ਜੀ, ਕਹਿ ਦੇਣਗੇ ਦੋਨੇ ਆਓ, ਅਤੇ ਉੱਥੇ ਕਈ ਵਾਰੀ ਬਹੁਤੀਆਂ ਵਾਈਫ ਨੇ ਜਿਹੜੀਆਂ ਪ੍ਰਭਾਵਿਤ ਹੋ ਜਾਂਦੀਆਂ ਨੇ, ਜੋ ਮੈਂ ਦੇਖਿਆ। ਸੋ ਇਸ ਸਿਲਸਿਲੇ ਦੇ ਵਿੱਚ ਉਹ ਅਜਿਹਾ ਜਾਲ ਸੁੱਟਦੇ ਨੇ ਕਿ ਦੇਖੋ ਜੀ 2 ਦਿਨ ਦਾ ਤੁਹਾਨੂੰ ਪੈਕੇਜ ਫ੍ਰੀ ਹੈ, ਤੁਸੀਂ ਸ਼ਿਮਲਾ, ਕੁੱਲੂ, ਮਨਾਲੀ, ਕਸ਼ਮੀਰ ਕਿਤੇ ਵੀ ਸਾਡੇ ਰਿਜ਼ੋਰਟ ਦੇ ਵਿੱਚ ਜਾਓ, ਫ੍ਰੀ ਰਹੋ 2 ਦਿਨ। ਹਾਲਾਂਕਿ ਮੈਂ 2 ਵਾਰ ਗਿਆ ਅਤੇ 2 ਵਾਰੀ ਇਹ ਪੈਕੇਜ ਲਿਆ, ਅਤੇ 2 ਵਾਰੀ ਮੈਂ ਜਾ ਨਹੀਂ ਸਕਿਆ। ਇਸ ਦੌਰਾਨ ਉਹਦੇ 'ਚ ਬਹੁਤ ਸਾਰੇ ਲੋਕ ਟ੍ਰੈਪ 'ਚ ਵੀ ਆ ਜਾਂਦੇ ਨੇ, ਉਹ ਕਹਿੰਦੇ ਜੀ ਕੋਈ ਨਹੀਂ ਜੀ 50,000 ਲਾ ਕੇ ਦੇਖੋ, ਤੁਹਾਨੂੰ 1,000 ਨੂੰ ਕਮਰਾ ਮਿਲੇਗਾ। ਸੋ ਉਸ ਕਰਕੇ ਉੱਥੇ ਪ੍ਰੈਸ਼ਰ ਬਣ ਜਾਂਦਾ ਨਿਆਣੇ ਦਾ। ਅਗਲਾ ਕਹਿੰਦਾ ਵੀ ਗੁਆਂਢੀ ਗਏ ਨੇ ਘੁੰਮਣ, ਬੱਚਿਆਂ ਦੇ ਹੁਣ ਤੁਸੀਂ ਵੇਖੋ ਕਿ ਸਕੂਲਾਂ ਦੇ ਵਿੱਚ ਬੱਚੇ ਕੋਈ ਆ ਜਿਹੜੇ ਮਹਿੰਗੇ ਸਕੂਲ ਨੇ, ਉਹ ਨਾਸਾ ਦਾ ਟੂਰ ਕਰਾ ਰਹੇ ਨੇ, ਕੋਈ ਕਿਤੋਂ ਦਾ ਟੂਰ ਕਰਾ ਰਿਹਾ। ਸੋ ਜਿਹੜੇ ਨਹੀਂ ਜਾ ਪਾਉਂਦੇ ਉਹ ਪ੍ਰੈਸ਼ਰ ਬਣ ਰਿਹਾ। ਸੋ ਇਸ ਕਰਕੇ ਟੂਰਿਜ਼ਮ ਦਾ ਬਿਜ਼ਨਸ ਬਹੁਤ ਵਧਿਆ, ਤੁਸੀਂ ਹਿਮਾਚਲ 'ਚ ਵੇਖ ਲਓ ਕਿੰਨੇ ਲੋਕ ਫਲੈਟ ਲੈਣ ਲੱਗ ਪਏ ਨੇ ਆਪਣੇ। ਸੋ ਇਸ ਕਰਕੇ ਇਹ ਜਿਹੜਾ ਸਾਡੇ ਜੋ ਰਿਲੀਜੀਅਸ ਟੂਰਿਜ਼ਮ ਸੀਗਾ ਨਾ, ਉਹ ਦੂਸਰੇ ਟੂਰਿਜ਼ਮ ਦੇ ਵਿੱਚ ਬਦਲਣ ਲੱਗਿਆ। ਸੋ ਇਸ ਕਰਕੇ ਜਿਹੜੇ ਬੱਚੇ ਬਾਹਰ ਨੇ, ਮਾਪੇ ਬਾਹਰ ਨੇ, ਸੋ ਉਸ ਕਾਰਨ ਵੀ ਟੂਰਿਜ਼ਮ ਦੇ ਵਿੱਚ ਇਜ਼ਾਫਾ ਹੋਇਆ, ਇਸ 'ਤੇ ਇਹ ਸਾਰੇ ਕਾਰਨ ਬਣੇ ਨੇ। ਆਪਣੇ ਨਾਲ ਇਸ ਵਕਤ ਪਰਥ ਤੋਂ ਬਾਈ ਜੀ ਇੰਦਰ ਜੀ ਜੁੜੇ ਨੇ, ਸਵਾਗਤ ਬਾਈ ਜੀ ਨਕੋਦਰ ਵਾਲੇ ਹੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਆ ਜੀ? ਸਭ ਚੜ੍ਹਦੀ ਕਲਾ, ਤੁਸੀਂ ਸੁਣਾਓ? ਵਧੀਆ ਜੀ, ਵਧੀਆ, ਠੀਕ ਠਾਕ, ਆਪਾਂ ਵੀ ਵਧੀਆ। ਭਾਜੀ ਜਨਮ ਦਿਨ ਤੁਹਾਡਾ ਲੰਘ ਕੇ ਗਿਆ, ਥੈਂਕ ਯੂ, ਵਧਾਈਆਂ। ਮਿਹਰਬਾਨੀ ਮਿਹਰਬਾਨੀ। ਹਾਂਜੀ ਹਾਂਜੀ, ਤੇ ਭਾਜੀ ਜਿਹੜੀ ਤੁਸੀਂ ਸੋਲੋ ਦੀ ਗੱਲ ਕੀਤੀ ਆ, ਇਹ ਨਾ ਜੇ ਤੁਸੀਂ ਆਸ, ਮਤਲਬ ਕਿ ਤੁਸੀਂ ਪਰਮਾਤਮਾ 'ਚ ਆਸਥਾ ਰੱਖਦੇ ਆ, ਆਪਾਂ ਅਰਦਾਸ ਕਰਦੇ ਆ ਜਾਂ ਅਸਾਈ ਪ੍ਰੇਅਰ ਕਰਦੇ ਆ ਜਾਂ ਨਮਾਜ਼ ਪੜ੍ਹਦੇ ਆ, ਇਹ ਗੱਲ ਮੈਨੂੰ ਰੀਸੈਂਟਲੀ ਪਤਾ ਲੱਗੀ ਆ ਵੀ ਉਹ ਜਿਹੜੀ ਅਰਦਾਸ ਜੇ ਕੋਈ ਆਸਥਾ ਨਹੀਂ ਵੀ ਰੱਖਦਾ, ਤੇ ਜਿੱਦਾਂ ਹੁਣ ਆਪਾਂ ਗੁਰੂ ਪਹਿਲੇ ਪਾਤਸ਼ਾਹ ਜੀ ਦੀ ਗੱਲ ਕਰਦੇ ਆ, ਉਹ ਉਹਨਾਂ ਦਾ ਗੁਰੂ ਕੌਣ ਸੀ? ਉਹਨਾਂ ਦਾ ਗੁਰੂ ਕੁਦਰਤ ਸੀਗੀ, ਉਹਨਾਂ ਦਾ ਗੁਰੂ ਅਕਾਲ ਪੁਰਖ ਸੀਗਾ, ਹਨਾ। ਤੇ ਉਹ ਅਰਦਾਸ ਤੁਸੀਂ ਅਸਲ 'ਚ ਆਪਣੇ ਆਪ ਨਾਲ ਗੱਲ ਕਰਨੀ ਹੁੰਦੀ ਹੈ, ਚਾਹੇ ਉਹ ਕਿਸੇ ਆਪਣੀ ਮੁਸੀਬਤ 'ਚੋਂ ਆਪਣੇ ਆਪ ਨੂੰ ਕੱਢਣਾ ਹੋਵੇ, ਤੁਹਾਡੇ ਮਨ ਤੇ ਬੋਝ ਆ, ਤੁਹਾਡੇ ਮਨ ਤੇ ਪਰੇਸ਼ਾਨੀ ਆ ਜਾਂ ਕੁਛ ਵੀ ਆ, ਤੁਸੀਂ ਆਪਣੇ ਆਪ ਨਾਲ ਗੱਲ ਕਰਨੀ ਹੁੰਦੀ ਆ, ਉਹੀ ਤੁਹਾਨੂੰ ਉਸ ਸਿਚੁਏਸ਼ਨ ਤੋਂ ਕਈ ਵਾਰੀ ਫਿਰ ਉਹ ਤੁਹਾਨੂੰ ਬ੍ਰੇਕ ਮਿਲਦੀ ਆ, ਤੁਹਾਡਾ ਮਨ ਬੂਸਟ ਕਰਦਾ ਭਾਜੀ।
ਤੇ ਜਿੱਦਾਂ ਚੰਡੀ ਦੀ ਵਾਰ ਪੜ੍ਹਨੀ ਆ, ਉਹ ਤੁਸੀਂ ਆਪਣੇ ਆਪ ਨਾਲ ਗੱਲ ਕਰਨੀ ਹੁੰਦੀ ਆ, ਆਪਣੇ ਆਪ। ਤਾਂਹੀਓ ਤਾਂ ਕਹਿੰਦੇ ਮਨ ਦੇ ਵਿੱਚ ਯੂਨੀਵਰਸ ਆ, ਮਨ ਚ ਪਰਮਾਤਮਾ ਵਾ। ਤੁਸੀਂ ਆਪਣੇ ਆਪ ਨੂੰ ਕਹਿਣਾ ਹੁੰਦਾ ਵਾ ਵੀ ਇੱਥੋਂ ਮੈਂ ਹੁਣ ਕਿੱਦਾਂ ਇੱਕ ਰਾਹ ਲੱਭ ਕੇ ਅੱਗੇ ਵਧਣਾ। ਮੇਰੇ ਖਿਆਲ ਨਾਲ ਇੱਦਾਂ। ਹਾਂ, ਉਹ ਗੱਲ ਇਹ ਹੈ ਨਾ, ਤੁਸੀਂ ਮਨ ਜਿੱਤੇ, ਜਿਹੜਾ ਹੁਣ ਵਾਕ ਹੈ ਨਾ, ਮਨ ਜਿੱਤੇ ਜਗ ਜੀਤ, ਤੁਸੀਂ ਮਨ 'ਤੇ ਕਾਬੂ ਪਾ ਲਿਆ, ਦੁਨੀਆ ਜਿੱਤ ਲਈ। ਗੁਰਵਾਕ ਇਹੀ ਹੈ ਨਾ, ਇੱਕ ਮੰਤਰ ਹੈ, ਮਨ ਜਿੱਤੇ ਜਗ ਜੀਤ। ਮਨ ਜੇ ਤੁਹਾਡਾ ਡੋਲਦਾ ਨਹੀਂ ਤਾਂ ਤੁਸੀਂ ਸ਼ਹਾਦਤ ਵੀ ਪ੍ਰਾਪਤ ਕਰ ਸਕਦੇ ਹੋ, ਜੇ ਤੁਹਾਡਾ ਮਨ ਤਕੜਾ ਤਾਂ ਤੁਸੀਂ ਗਾਜ਼ੀ ਬਣ ਸਕਦੇ ਹੋ, ਮਨ ਤਕੜਾ ਤਾਂ ਤੁਸੀਂ ਸੁਸਾਈਡ ਬੰਬਰ ਬਣ ਸਕਦੇ ਹੋ, ਮਨ ਤਕੜਾ ਤਾਂ ਤੁਸੀਂ ਸ਼ਹੀਦ ਬਣ ਸਕਦੇ ਹੋ। ਸੋ ਮਨ ਦਾ ਤਕੜਾ ਪਾਣਾ ਹੀ ਹੈ ਨਾ, ਜੇ ਤੁਹਾਡਾ ਮਨ ਨਹੀਂ ਡੋਲਿਆ ਤਾਂ ਫਿਰ ਕੁਛ ਵੀ ਨਹੀਂ ਹੈ, ਪਰ ਜਦੋਂ ਮਨ ਡੋਲੇ, ਤਨ ਡੋਲੇ, ਫਿਰ ਸਭ ਕੁਛ ਹੀ ਡੋਲ ਜਾਂਦਾ। ਸੋ ਇਸ ਕਰਕੇ ਜਿਹੜੀ ਸੋਲੋ ਟੂਰਿਜ਼ਮ ਹੈ ਨਾ, ਉਹ ਮਨ ਦੀ ਇਕਾਗਰਤਾ ਆ। ਹੁਣ ਤੁਸੀਂ ਵੇਖੋ ਕਿ ਜਿੰਨੇ ਨਿਸ਼ਾਨੇਬਾਜ਼ ਨੇ, ਉਹ ਜਦੋਂ ਨਿਸ਼ਾਨਾ ਲਾਉਂਦੇ ਨੇ ਤਾਂ ਉਹ ਨਿਸ਼ਾਨਾ ਲਾਉਣ ਲਈ, ਜਿਵੇਂ ਉਹ ਅਰਜਨ ਦਾ ਕੰਸੈਪਟ ਹੈ ਨਾ ਕਿ ਮੱਛੀ ਦੀ ਅੱਖ 'ਚ ਨਿਸ਼ਾਨਾ ਲਾਉਣਾ, ਇਕਾਗਰਤਾ, ਕੰਸਨਟ੍ਰੇਟ ਤੁਸੀਂ ਕਿੰਨਾ ਕਰ ਲਿਆ। ਜੇ ਮਨ ਹੀ ਤੁਹਾਡਾ ਥਿੜਕਦਾ ਤਾਂ ਫਿਰ ਤਾਂ ਗੱਲ ਇਹ ਆ ਕਿ ਕੁਛ ਵੀ ਨਹੀਂ ਹੈ ਤੁਹਾਡੇ ਕੋਲ। ਮਨ ਚੰਗਾ ਤਾਂ ਕਟੋਰੇ 'ਚ ਗੰਗਾ। ਸੋ ਇਸ ਕਰਕੇ ਜਿਹੜਾ ਇਕਾਂਤ ਦਾ ਸਫ਼ਰ ਹੈ ਨਾ, ਸੋਲੋ ਟੂਰਿਜ਼ਮ, ਇਹ ਤੁਹਾਨੂੰ ਕਿਤੇ ਨਾ ਕਿਤੇ ਮਨ ਨੂੰ ਮੋਟੀਵੇਟ ਵੀ ਕਰਦਾ, ਤੁਹਾਨੂੰ ਆਪਣੀ ਸਵੈ ਪੜਚੋਲ ਦਾ ਮੌਕਾ ਮਿਲਦਾ। ਅੱਛੀਆਂ ਕ੍ਰੀਏਸ਼ਨ ਨੇ ਜਿਹੜੀਆਂ, ਅੱਛਾ ਬਿਜ਼ਨਸ ਹੈ ਜਿਹੜਾ, ਜਿੰਨੇ ਸ਼ਾਇਰ ਨੇ ਉਹ ਕਦੇ ਭੀੜ ਭੜੱਕੇ 'ਚ ਕ੍ਰੀਏਟਿਵਿਟੀ ਨਹੀਂ ਕਰ ਸਕਦੇ, ਉਹ ਜਦੋਂ ਇਕੱਲੇ ਨੇ, ਇਕਾਂਤ 'ਚ ਨੇ, ਉਦੋਂ ਵੀ ਸੋਹਣਾ ਲਿਖ ਸਕਦੇ ਆ। ਜਿਹੜੇ ਹੁਣ ਤੱਕ ਗ੍ਰੰਥ ਲਿਖੇ ਗਏ, ਕਾਵਿ ਲਿਖੇ ਗਏ, ਮੰਤਰ ਲਿਖੇ ਗਏ, ਗੁਰਬਾਣੀ ਰਚੀ ਗਈ, ਇਹ ਇਕਾਗਰਤਾ ਇਕੱਲੇ ਹੀ ਹੋਈ, ਸੰਗਤ 'ਚ ਬੈਠ ਕੇ ਤਾਂ ਧਾਰਨਾ ਇੱਕਦਮ ਨਹੀਂ ਨਾ ਉਪਜਦੀ। ਸੋ ਇਸ ਕਰਕੇ ਇਹ ਜਿਹੜਾ ਸਾਰੀ ਮਨ ਦੀ ਖੇਡ ਹੈ, ਸੋ ਅੰਗਰੇਜ਼ਾਂ ਨੇ ਇਸ ਨੂੰ ਹੁਣ ਮਹਿਸੂਸ ਕੀਤਾ। ਇਸ ਕਰਕੇ ਲੋਕ ਇਹ ਕਹਿੰਦੇ ਆ ਕਿ ਤੁਸੀਂ ਅਨਨੋਨ ਲੋਕਾਂ ਨੂੰ ਮਿਲੋ, ਕਿਉਂਕਿ ਜਦੋਂ ਤੁਸੀਂ ਨਵੇਂ ਲੋਕਾਂ ਨੂੰ ਮਿਲਦੇ ਹੋ, ਅਸੀਂ ਜਦੋਂ ਘੁੰਮਣ ਜਾਂਦੇ ਹਾਂ, ਛੋਟਾ ਜਿਹਾ ਬੱਚਾ ਹੈ ਜਦੋਂ ਬਾਹਰ ਘੁੰਮਣ ਜਾਂਦਾ, ਬਾਈ ਜੀ ਕਿੰਨਾ ਖੁਸ਼ ਹੁੰਦਾ ਉਹ। ਤੁਸੀਂ ਇੱਕੋ ਹੀ ਜਗ੍ਹਾ 'ਤੇ ਰਹਿੰਦੇ ਹੋ, ਤੁਹਾਡਾ ਵਿਜ਼ਨ ਸਿਰਫ 10 ਫੁੱਟ ਤੱਕ ਹੈ ਕਮਰੇ ਤੱਕ, ਜਿੱਥੋਂ ਮੈਂ ਵੇਖ ਰਿਹਾ। ਜਦੋਂ ਮੈਂ ਛੱਤ 'ਤੇ ਚੜ੍ਹਾਂਗਾ, ਦੂਰ ਤੱਕ ਪੰਛੀ ਦੇਖਾਂਗਾ, ਜਿਹੜੇ ਮੇਰਾ ਮਨ 'ਚ ਮਯੂਸੀਆਂ ਨੇ, ਮੈਂ ਉਹਨਾਂ ਨੂੰ ਛੱਡ ਕੇ ਉਹਨਾਂ ਉੱਡਦੀਆਂ ਕੂੰਜਾਂ ਨੂੰ ਵੇਖਾਂਗਾ, ਉੱਡਦੇ ਬੱਦਲਾਂ ਨੂੰ ਵੇਖਾਂਗਾ, ਹੈ ਨਾ। ਹਾਂਜੀ ਹਾਂਜੀ ਹਾਂਜੀ। ਤੇ ਭਾਅ ਜੀ ਦੂਜੀ ਗੱਲ, ਇੱਕ ਤੁਹਾਨੂੰ ਅਪਡੇਟ ਦੇਣੀ ਸੀ। ਤੁਹਾਨੂੰ ਪਤਾ ਹੋਣਾ ਇਹ 2 ਦਿਨ ਹੋਏ ਆ, ਉਹ ਜੂਲੀਅਨ ਅਸਾਂਜ ਤੁਹਾਡੇ ਭਾਈਚਾਰੇ ਦਾ ਬੰਦਾ ਜੀ ਬ੍ਰੌਡਕਾਸਟਿੰਗ ਕਰਦਾ ਜੀ, 14-15 ਸਾਲ, ਹਾਂਜੀ 15 ਸਾਲਾਂ ਬਾਅਦ ਉਹ ਪਰਸੋਂ ਵਾਪਸ ਆਏ ਜੀ, ਆਸਟ੍ਰੇਲੀਆ ਪਹੁੰਚੇ। ਹਾਂਜੀ, ਜਿਹਨਾਂ ਨੇ ਵਿਕੀ ਲੀਕਸ ਬਣਾਇਆ ਸੀ ਭਾਜੀ, ਉਹਦਾ ਇੱਕ ਹੋਰ ਸਾਥੀ ਸੀਗਾ, ਉਹ ਉਹਨਾਂ ਨੂੰ ਪਨਾਹ ਦਿੱਤੀ ਆ ਜੀ ਪੁਤਿਨ ਨੇ, ਰਸ਼ੀਆ ਵਾਲੇ ਨੇ, ਜਿੱਦਾਂ ਜਿਹਨਾਂ ਨੇ ਅਮੈਰੀਕਨ ਆਰਮੀ ਦੇ ਸੀਕਰਟ ਫਾਈਲਾਂ ਲੀਕ ਕੀਤੀਆਂ ਸੀਗੀਆਂ ਇਹਨਾਂ ਨੇ ਭਾਜੀ, ਇਰਾਨ, ਅਫਗਾਨਿਸਤਾਨ ਦੇ ਵਿੱਚ ਮੈਨ ਵੂਮੈਨ ਚਿਲਡਰਨ ਇਨੋਸੈਂਟ ਲੋਕਾਂ ਦੇ ਨਾ, ਉਹ ਵੀਡੀਓ ਵੀ ਹੁਣ ਆਈ ਆ, ਉਹ ਸਟੇਨਗਨ ਦੇ ਨਾਲ ਉਹਨਾਂ ਨੂੰ ਪਹਿਲਾਂ ਗੋਲੀਆਂ ਮਾਰੀਆਂ, ਮੁੜ ਕੇ ਉਹਨਾਂ ਤੇ ਪਿਸ਼ਾਬ ਕੀਤਾ ਤੇ ਹੱਸਦੇ ਸੀ ਭਾਜੀ, ਏਦਾਂ ਦੀਆਂ ਵੀਡੀਓ ਇੰਨੇ ਬੰਦੇ ਨੇ ਬਾਹਰ ਕੱਢੀਆਂ ਉੱਥੋਂ, ਹਨਾ। ਬਿਲਕੁਲ ਬਿਲਕੁਲ ਬਿਲਕੁਲ। ਤੇ ਹੁਣ ਹੁਣ ਕਹਿੰਦੇ ਆ ਵੀ ਕੁਛ ਲੋਕ ਮਾਇਨੋਰਿਟੀ, ਥੋੜੇ ਲੋਕ ਇਹਨੂੰ ਹੀਰੋ ਮੰਨਦੇ ਆ, ਤੇ ਕੁਛ ਲੋਕ ਇਹਨੂੰ ਕਹਿੰਦੇ ਨਹੀਂ ਇਹਨੇ ਆਰਮੀ ਨੂੰ ਰਿਸਕ ਤੇ ਪਾਇਆ, ਇਹਨੇ ਫੌਜ ਨੂੰ ਰਿਸਕ ਤੇ ਪਾਇਆ, ਪਰ ਐਨੀਵੇ 15 ਸਾਲਾਂ ਬਾਅਦ ਜੀ ਬੰਦਾ ਬਾਹਰ ਆਇਆ ਤੇ ਉਹ ਦੇਖ ਲਓ ਜੀ। ਪਰ ਮੇਰੇ ਖਿਆਲ ਨਾਲ ਠੀਕ ਆ ਭਾਜੀ, ਜੋ ਉਹਦਾ ਕਾਲਾ ਚਿੱਠਾ ਕੱਢਿਆ ਉਹਨਾਂ ਨੇ, ਹਨਾ। ਕਮਾਲ ਕਰਦੀ ਜੁਲੀਅਨ ਸਾਂਝਾ, ਜੁਲੀਅਨ ਸਾਂਝੇ ਨੇ ਤਾਂ ਦੇਖੋ ਆਲਮ ਕੈਟ ਤੋਂ ਲੈ ਕੇ, ਜ਼ਹਾਰ ਆਲਮ ਤੋਂ ਲੈ ਕੇ ਮਾਇਆਵਤੀ ਤੱਕ ਛੱਡੇ ਹੀ ਕੁਛ ਨਹੀਂ ਸੀਗਾ, ਹੈ ਨਾ। ਆਲਮ ਕੈਟ ਦਾ ਖੁਲਾਸਾ ਕੀਤਾ ਉਹਨੇ, ਕੇਵਲ ਹਾਲਾਤ ਹੀ ਸੀਗੇ ਨਾ ਦੁਨੀਆ, ਅਮੈਰੀਕਾ ਵਰਗੇ ਮੁਲਕ ਹਾਲਾਤ ਸੀਗੇ, ਹੈ ਨਾ। ਸੋ ਇਹ ਹੁੰਦੀ ਹੈ ਜ਼ਰੂਰਤ, ਪਰ ਉਹਨੇ ਮਤਲਬ
ਝੱਲਿਆ ਵੀ ਬਹੁਤ ਕੁਛ ਆ ਬਾਈ ਜੀ, 15 ਸਾਲ ਉਹਦੇ ਕੀ ਹਾਲਾਤ ਸੀ, ਤਾਂ ਚਲੋ ਅਮਰੀਕਾ ਸਰੈਂਡਰ ਕਰ ਗਿਆ ਕਿ ਭਾਈ ਇਕਬਾਲ ਕਰ ਲਾ ਆਪਣੀਆਂ ਕੀਤੀਆਂ, ਜਿੰਨੀ ਕੁ ਤੇਰੀ ਸਜ਼ਾ ਬਣਦੀ ਸੀ ਤੂੰ ਕੱਟ ਗਿਆ। ਪਰ ਇਹ ਮਤਲਬ ਜਿਸ ਤਰ੍ਹਾਂ ਦਾ ਜੁਲੀਅਨ ਅਸਾਂਜ ਦਾ ਬਚਪਨ ਸੀਗਾ, ਜਿਸ ਤਰ੍ਹਾਂ ਉਹਦੀਆਂ ਤ੍ਰਾਸਦੀਆਂ ਸੀ, ਕਿਸ ਤਰ੍ਹਾਂ ਦੇ ਹਾਲਾਤਾਂ 'ਚੋਂ ਰਿਹਾ, ਹੈ ਨਾ, ਅਤੇ ਕਿੱਥੇ ਜਾ ਕੇ ਉਹਨੇ ਫਿਰ ਕਿੱਡਾ ਖੁਲਾਸਾ ਕੀਤਾ। ਸੋ ਇਸ ਤਰ੍ਹਾਂ ਦੇ ਬਾਕੀ ਮਰਦ ਦਲੇਰ ਹੁੰਦੇ ਨੇ, ਹੈ ਨਾ ਜੀ। ਉਹ ਇੱਕ ਵਾਰੀ ਨਾ ਇੱਕ ਵਾਰੀ ਉਹਦੀ ਨਾ ਜਿਹੜੀ ਵਕੀਲ ਬਣੀ ਸੀ, ਉਹਨੇ ਉਹ ਨਾ ਇਕਵਾਡੋਰ ਦੀ ਐਮਬੈਸੀ ਦੇ ਵਿੱਚ ਸੀ, ਉਹਨੇ ਹਾਂ ਉੱਥੇ ਬੜੀ ਦੇਰ ਰਿਹਾ ਇਕਵਾਡੋਰ 'ਚ। ਹਾਂਜੀ, ਜਿਹੜੀ ਉਹਦੀ ਵਕੀਲ ਬਣੀ ਸੀ, ਉਹਨੇ ਉਹਦੀ ਇੰਟਰਵਿਊ ਕੀਤੀ, ਚਲੋ ਉਹਨਾਂ ਦਾ ਫੇ ਪ੍ਰੇਮ ਪਿਆ, ਉਹੀ ਉਹਦੀ ਵਾਈਫ ਬਣੀ ਆ ਹੁਣ, ਉਹ ਸਟੈਲਾ ਅਸਾਂਜ। ਤੇ ਉਹਦੀ ਇੱਕ ਵਾਰੀ ਨਾ ਪੁਰਾਣੀ ਵੀਡੀਓ ਮੈਂ ਬਹੁਤ ਪੁਰਾਣੀ ਸੁਣੀ ਸੀ, ਤੇ ਕਹਿੰਦੀ ਉਹ ਕਿਸੇ ਨੇ ਪੁੱਛਿਆ ਵੀ ਤੂੰ ਕਿੱਦਾਂ ਉਹਦੇ ਨਾਲ ਪ੍ਰੇਮ ਚ ਕਿਉਂ, ਤੈਨੂੰ ਪਤਾ ਉਹ ਬੰਦੇ ਦੀ ਲਾਈਫ ਕਿੰਨੀ ਗਾ, ਹਨਾ। ਤੇ ਉਹ ਕਹਿੰਦੀ ਵੀ ਮੈਂ ਉਹਨੂੰ ਇੱਕ ਗੱਲ ਪੁੱਛੀ ਸੀ ਵੀ ਜੇ ਤੈਨੂੰ ਉਹਨਾਂ ਨੇ ਲਾਈਕ ਤੈਨੂੰ ਪਤਾ ਵੀ ਤੂੰ ਕਿਸੇ ਵੇਲੇ ਵੀ ਤੈਨੂੰ ਉਹ ਖਤਮ ਕਰ ਸਕਦੇ ਆ, ਹਨਾ। ਤੇ ਉਹ ਕਹਿੰਦਾ ਮੈਂ ਆਲਰੇਡੀ ਡੈਡ ਹੋ ਗਿਆ ਵਾ, ਇਹ ਤਾਂ ਮੈਂ ਹੋਰ ਜ਼ਿੰਦਗੀ ਜੀ ਰਿਹਾ, ਆਮ ਆਲਰੇਡੀ ਫਿਨਿਸ਼। ਹਾਂਜੀ, ਤੇ ਭਾਜੀ ਜਿੱਦਾਂ ਉਹਨੇ ਇੱਕ ਸਰਮਾਏਦਾਰੀ ਦੀ ਵੀ ਗੱਲ ਕੀਤੀ ਆ ਕਿ ਸਰਮਾਏਦਾਰੀ ਨੇ ਜਿੰਨੀ ਦੁਨੀਆ ਮਾਰੀ ਆ, ਕਿਲ ਕੀਤੀ ਆ ਨਾ, ਉਹਨਾਂ ਕਿਸੇ ਨੇ ਅੱਜ ਤੱਕ ਤਸ਼ੱਦਦ ਨਹੀਂ ਕੀਤਾ ਭਾਜੀ। ਉਹਨੇ ਲਾਈਕ ਵੱਡੇ ਕਾਰਪੋਰੇਸ਼ਨਾਂ ਤੋਂ ਲੈ ਕੇ ਵੱਡੀਆਂ, ਭਾਜੀ ਈਵਨ ਜਿਹੜੇ ਤੁਹਾਨੂੰ ਦੱਸਾਂ ਜਿਹੜੇ ਅਦਾਨੀ ਐਂਡ ਰਿਲਾਇੰਸ ਆ ਨਾ, ਆਪਾਂ ਨੂੰ ਮੀਡੀਓਕਰ ਮਿਡਲ ਕਲਾਸ ਫੈਮਿਲੀ ਨੂੰ ਲੱਗਦਾ ਕਿ ਉਹ ਬਹੁਤ ਧਨਾੜ ਨੇ, ਪਰ ਜਿਹੜੇ ਉਸ ਤੋਂ ਵੀ ਵੱਡੇ ਧਨਾੜ ਨੇ ਨਾ, ਉਹਨਾਂ ਲਈ ਉਹ ਸਿਰਫ ਪਿਆਦੇ ਨੇ। ਹਾਂ ਬਿਲਕੁਲ ਬਿਲਕੁਲ, ਵਿਸ਼ਵ ਦੇ ਅਮੀਰਾਂ ਲਈ ਤੇ ਕੁਛ ਵੀ ਨਹੀਂ, ਪਰ ਆਪਣੇ ਲਈ ਇਹ ਧਨਾੜ ਨੇ। ਹਾਂਜੀ ਹਾਂਜੀ ਭਾਜੀ, ਓਕੇ, ਤੁਹਾਨੂੰ ਜਨਮਦਿਨ ਮੁਬਾਰਕ ਭਾਜੀ, ਫੇਰ ਗੱਲ ਕਰਾਂਗੇ। ਥੈਂਕ ਯੂ ਭਾਜੀ, ਮਿਹਰਬਾਨੀ ਮਿਹਰਬਾਨੀ। ਹੁਣ ਆਰਟੀਫਿਸ਼ਲ ਇੰਟੈਲੀਜੈਂਸ ਆਈ ਹੈ ਦੇਸ਼ ਤੇ ਦੁਨੀਆ ਦੇ 174 ਮੁਲਕਾਂ ਦੇ ਵਿੱਚੋਂ AI ਕਿੱਥੇ ਕਿੰਨਾ ਕੁ ਤਿਆਰ ਹੈ, ਇਸ ਮਾਮਲੇ 'ਚ ਸਿੰਗਾਪੁਰ ਦੀ ਤਿਆਰੀ ਸਭ ਤੋਂ ਚੰਗੀ ਹੈ, ਅਤੇ ਭਾਰਤ ਆਰਟੀਫਿਸ਼ਲ ਇੰਟੈਲੀਜੈਂਸ ਦੇ ਮਾਮਲੇ 'ਚ 72ਵੇਂ ਸਥਾਨ 'ਤੇ ਆ। ਹਾਲਾਂਕਿ ਮੋਦੀ ਸਾਹਿਬ ਤਾਂ ਆਪਣੇ ਆਪ ਨੂੰ AI ਸਮਝਦੇ ਆ, ਬਿਆਨ ਵੀ ਦਿੰਦੇ ਆ ਇਹਦੇ ਬਾਰੇ। ਸੋ ਅੰਤਰਰਾਸ਼ਟਰੀ ਮੁਦਰਾ ਕੋਸ਼ ਦੇ ਵਿੱਚ ਜਿਹੜਾ ਆਰਟੀਫਿਸ਼ਲ ਇੰਟੈਲੀਜੈਂਸ ਦੀ ਜਿਹੜੀ ਵਿਸ਼ਵ ਤਿਆਰੀ ਦੇ ਸੂਚਕ ਅੰਕ ਨੂੰ ਜਾਰੀ ਕੀਤਾ ਹੈ, ਇਹ ਸੂਚੀ ਦੇ ਆਧਾਰ 'ਤੇ ਬਣਿਆ ਕਿ ਦੁਨੀਆ ਦੇ 174 ਮੁਲਕਾਂ ਦੇ ਵਿੱਚ AI ਦਾ ਇਸਤੇਮਾਲ ਲਈ ਕੌਣ ਕੌਣ ਕਿੰਨਾ ਕਿੰਨਾ ਤਿਆਰ ਹੈ। ਇਸ ਸੂਚੀ ਦੇ ਵਿੱਚ ਜਿਹੜਾ ਦੇਸ਼ ਦੀ ਉੱਨਤ ਅਰਥ ਵਿਵਸਥਾ ਜਾਂ ਉਭਰਦੀ ਅਰਥ ਵਿਵਸਥਾ ਜਾਂ ਘੱਟ ਆਮਦਨ ਵਾਲੇ ਦੇਸ਼ ਦੇ ਤੌਰ 'ਤੇ ਵੰਡਿਆ ਗਿਆ। ਹਰ ਦੇਸ਼ ਦਾ ਮੁਲਾਂਕਣ 4 ਪ੍ਰਮੁੱਖ ਖੇਤਰਾਂ ਦੇ ਵਿੱਚ AI ਦਾ ਉਪਯੋਗ ਦੀ ਤਿਆਰੀ ਦੇ ਆਧਾਰ 'ਤੇ ਕੀਤਾ ਗਿਆ, ਅਤੇ ਇਸ ਦੌਰਾਨ ਇਸ ਖੇਤਰ ਦੇ ਵਿੱਚ ਡਿਜੀਟਲ ਇਨਫਰਾਸਟ੍ਰਕਚਰ, ਮਨੁੱਖੀ ਪੂੰਜੀ ਜਾਂ ਕਰਮ ਸ਼ਰਮ ਬਾਜ਼ਾਰ ਦੀਆਂ ਨੀਤੀਆਂ ਨੇ ਜੋ ਬਿਜ਼ਨਸ ਦੀਆਂ ਵਰਕਿੰਗ ਦੀਆਂ, ਨਵਾਚਾਰ, ਆਰਥਿਕ ਏਕੀਕਰਨ ਅਤੇ ਜਿਹੜੇ ਹੋਰ ਮਤਲਬ ਨੈਤਿਕਤਾ ਕਿੰਨੀ ਹੈ। ਇਸ ਸੂਚੀ ਦੇ ਵਿੱਚ 0.80 ਅੰਕਾਂ ਦੇ ਨਾਲ ਸਿੰਗਾਪੁਰ ਸਭ ਤੋਂ ਉੱਪਰ ਹੈ, ਅਤੇ ਸਭ ਤੋਂ ਥੱਲੇ 0.105 ਅੰਕਾਂ ਨਾਲ ਦੱਖਣੀ ਸੁਡਾਨ ਹੈ। ਭਾਰਤ ਇਸ ਸੂਚੀ ਦੇ ਵਿੱਚ 0.492 ਅੰਕ ਦੇ ਨਾਲ 72ਵੇਂ ਸਥਾਨ 'ਤੇ ਹੈ, ਯਾਨੀ AI ਤਕਨੀਕ ਦੇ ਵਿੱਚ ਅਸੀਂ ਇਹਨਾਂ 125 ਮੁਲਕਾਂ ਦੇ ਵਿੱਚੋਂ 72ਵੇਂ ਸਥਾਨ 'ਤੇ ਹਾਂ। ਭਾਰਤ ਵਿੱਚ ਡਿਜੀਟਲ ਇਨਫਰਾਸਟ੍ਰਕਚਰ ਦੇ ਵਾਸਤੇ 0.11, ਮਾਨਵੀ ਪੂੰਜੀ ਅਤੇ ਕਿਰਤ ਬਾਜ਼ਾਰ ਨੀਤੀਆਂ ਦੇ ਵਿੱਚ ਅਸੀਂ 0.12 ਅੰਕ 'ਤੇ, ਨਵਾਚਾਰ ਅਤੇ ਆਰਥਿਕ ਏਕੀਕਰਨ ਦੇ ਲਈ ਅਸੀਂ 0.11, ਅਤੇ ਇਸ ਸਿਲਸਿਲੇ ਵਿੱਚ ਬਿਨਿਮ ਅਤੇ ਨੈਤਿਕਤਾ ਦੇ ਲਈ ਅਸੀਂ 0.15 ਅੰਕ ਸਾਨੂੰ ਮਿਲੇ ਨੇ। ਗੁਆਂਢੀ ਦੇਸ਼ਾਂ ਦੇ ਵਿੱਚੋਂ ਚੀਨ 0.64 ਅੰਕਾਂ ਨਾਲ 31ਵੇਂ ਸਥਾਨ 'ਤੇ, ਸ਼੍ਰੀਲੰਕਾ 0.44 ਅੰਕਾਂ ਨਾਲ 92ਵੇਂ ਸਥਾਨ 'ਤੇ, ਅਤੇ ਬੰਗਲਾਦੇਸ਼ 0.38 ਨੰਬਰਾਂ ਦੇ ਨਾਲ 113ਵੇਂ, ਅਤੇ ਪਾਕਿਸਤਾਨ 0.37 ਅੰਕਾਂ ਦੇ ਨਾਲ 122ਵੇਂ ਸਥਾਨ 'ਤੇ ਆ।
ਨੇਪਾਲ 130ਵੇਂ ਸਥਾਨ ਤੇ ਆ। ਸੋ ਆਰਟੀਫਿਸ਼ਲ ਇੰਟੈਲੀਜੈਂਸੀ ਦੇ ਵਿੱਚ ਮੌਜੂਦਾ ਨੌਕਰੀਆਂ ਦੀ ਉਤਪਾਦਕਤਾ ਵਧਾਉਣ ਦੀਆਂ ਸੰਭਾਵਨਾਵਾਂ ਵੀ ਨੇ। ਆਰਟੀਫਿਸ਼ਲ ਇੰਟੈਲੀਜੈਂਸ ਇੱਕ ਉਪਕਰਨ ਦੀ ਤਰ੍ਹਾਂ ਨਵੀਆਂ ਨੌਕਰੀਆਂ ਅਤੇ ਉਦਯੋਗ ਪੈਦਾ ਕਰ ਸਕਦਾ। ਇਸ ਰਿਪੋਰਟ ਦੇ ਮੁਤਾਬਕ AI ਦੇ ਵਿੱਚ ਉੱਨਤ ਅਰਥ ਵਿਵਸਥਾਵਾਂ ਦੇ ਵਿੱਚ ਲਗਭਗ 30% ਨੌਕਰੀਆਂ ਦਾ ਫਾਇਦਾ ਹੋ ਸਕਦਾ। ਜੋ ਕਰਮਚਾਰੀ ਆਰਟੀਫਿਸ਼ਲ ਇੰਟੈਲੀਜੈਂਸ ਦਾ ਉਪਯੋਗ ਕਰ ਸਕਦੇ ਨੇ ਉਹਨਾਂ ਦੇ ਅੱਛੇ ਵੇਜ਼ਸ, ਉਹਨਾਂ ਨੂੰ ਅੱਛੀਆਂ ਤਨਖਾਹਾਂ ਅਤੇ ਵਾਧੂ ਉਤਪਾਦਕਤਾ ਮਿਲ ਸਕਦੀ ਹੈ। ਸੋ ਗੱਲ ਇਹ ਹੈ ਕਿ ਤੁਸੀਂ ਦੁਨੀਆ ਦੇ ਵਿੱਚ ਸੌਦਾ ਕਿਹੜਾ ਵੇਚ ਸਕਦੇ ਹੋ। ਦੇਖੋ, ਸਾਡੇ ਗੱਪ ਕਹਾਣੀਆਂ ਸਾਡੇ ਬਹੁਤ ਨੇ ਇੰਡੀਆ 'ਚ। ਸਾਡੇ ਬਹੁਤ ਸਾਰੇ ਧਾਰਮਿਕ ਗ੍ਰੰਥ ਵੀ ਨੇ ਜਿਨ੍ਹਾਂ 'ਚ ਗੱਪ ਦੀ ਕੋਈ ਹੱਦ ਹੀ ਨਹੀਂ। ਤੁਸੀਂ ਵੇਖੋ ਕਿ ਉਹ ਭਾਈ ਬਾਲੇ ਦੀ ਸਾਖੀ ਆਪਾਂ ਸੁਣਾਈ ਸੀ, ਉਹਦੇ ਵਿੱਚ ਦੱਸਿਆ ਗਿਆ ਕਿ ਗੁਰੂ ਨਾਨਕ ਸਾਹਿਬ ਅਤੇ ਮਰਦਾਨਾ ਹੋਰੀ ਸੂਰਜ ਤੋਂ ਉੱਪਰ ਤੱਕ ਵੀ ਉੱਡਦੇ ਰਹੇ। ਇਹ ਹਾਲਾਂਕਿ ਜਿੱਥੇ ਆਸਥਾ ਧਰਮ ਹੈ ਉੱਥੇ ਤਾਂ ਸੱਚ ਹੋ ਸਕਦਾ, ਪਰ ਤਰਕ ਦੇ ਆਧਾਰ 'ਤੇ ਗੱਪ ਹੈ ਕਿ ਬੰਦਾ ਸੂਰਜ ਤੋਂ ਉੱਪਰ ਕਿਵੇਂ ਉੱਡ ਸਕਦਾ ਬਿਨਾਂ ਕਿਸੇ ਵਾਹਨ ਤੋਂ। ਇਸੇ ਤਰ੍ਹਾਂ ਦੀਆਂ ਕਹਾਣੀਆਂ ਰਮਾਇਣ ਜਾਂ ਹੋਰ ਧਾਰਮਿਕ ਗ੍ਰੰਥਾਂ 'ਚ ਨੇ। ਪਰ ਇਸ ਸਿਲਸਿਲੇ ਦੇ ਵਿੱਚ ਤੁਸੀਂ ਵੇਖੋ ਕਿ ਇਹਨਾਂ ਕਹਾਣੀਆਂ ਨੂੰ ਹੈਰੀ ਪੋਟਰ ਦੇ ਵਿੱਚ ਪੇਸ਼ ਕੀਤਾ ਗਿਆ। ਹੈਰੀ ਪੋਟਰ ਕਿਤਾਬ ਦਾ ਜਿਹੜਾ ਚਿੱਤਰ ਹੈ 15 ਕਰੋੜ ਦੇ ਵਿੱਚ ਵਿਕਿਆ। ਤੁਸੀਂ ਵੇਖੋ, ਹੈਰੀ ਪੋਟਰ ਐਂਡ ਦਾ ਫਲੋਰਸੋਲਫ, ਹੋਲਡ ਰੱਖਿਓ ਜੀ ਪਲੀਜ਼, ਹੋਲਡ ਰੱਖਿਓ, ਇੱਕ ਸੈਕਿੰਡ ਹੋਲਡ ਰੱਖਿਓ। ਅਤੇ ਹੈਰੀ ਪੋਟਰ ਦਾ ਜਿਹੜਾ ਹੈਰੀ ਪੋਟਰ ਐਂਡ ਦੀ ਫਿਲੋਸੋਫਲਸ ਦਾ ਸਟੋਨ ਦਾ ਜਿਹੜਾ ਪਹਿਲਾ ਐਡੀਸ਼ਨ ਆ, ਉਸ ਦਾ ਮੂਲ ਚਿੱਤਰ ਹੈ ਜਿਹੜਾ ਉਹ 15 ਕਰੋੜ 85 ਲੱਖ 'ਚ ਨਿਲਾਮ ਹੋਇਆ। ਬ੍ਰਿਟੇਨ ਦੇ ਵਿੱਚ ਹੋਏ ਅਕਸ਼ਨ ਨਿਲਾਮੀ ਹਾਊਸ ਸੌਥਵੀਜ਼, ਜਿੱਥੇ ਵੱਡੇ ਨਿਲਾਮੀ ਘਰ ਨੇ ਸੌਥਵੀਜ਼ ਵਗੈਰਾ, ਜਿੱਥੇ ਇੰਡੀਆ ਦਾ ਸਮਾਨ ਬਹੁਤ ਵਿਕਦਾ ਹੈ, ਭਾਵੇਂ ਇੰਡੀਆ ਦੀਆਂ ਕੁਰਸੀਆਂ ਨੇ, ਇੰਡੀਆ ਦੇ ਗਟਰ ਦੇ ਢੱਕਣ ਨੇ। ਇਹ ਇੰਡੀਆ ਦਾ ਸੌਰੀ ਇੰਗਲੈਂਡ ਦਾ ਸੌਥਵੀਜ਼ ਨਿਲਾਮ ਘਰ ਹੈ। ਇੱਥੇ ਉਹਦੇ ਮੁਤਾਬਕ ਇਹ ਲਗਭਗ 5 ਕਰੋੜ ਤੱਕ ਵਿਕਣ ਦੀ ਉਮੀਦ ਸੀ, ਪਰ ਇਹ 15 ਕਰੋੜ 85 ਲੱਖ ਨੂੰ ਵਿਕਿਆ ਇਸ ਦਾ ਪਹਿਲਾ ਐਡੀਸ਼ਨ। ਹਾਲਾਂਕਿ 3 ਗੁਣਾ ਜ਼ਿਆਦਾ ਰੇਟ 'ਤੇ ਇਸ ਦੀ ਕੀਮਤ ਦੇ ਵਿੱਚ ਐਲਾਨ ਹੋਇਆ। ਇਹਦਾ ਜਿਹੜਾ ਇਸ ਦਾ ਇਹ ਪਹਿਲੇ ਐਡੀਸ਼ਨ ਦਾ ਜਿਹੜਾ ਚਿੱਤਰਕਾਰ ਸੀਗਾ ਉਹ ਥੋਮਸ ਟੇਲਰ ਸੀ, ਜਿਸ ਨੇ ਇਸ ਨੂੰ ਬਣਾਇਆ ਸੀ। ਹੁਣ ਸਾਡੇ MF ਹੁਸੈਨ ਹੈ ਸਾਡੇ ਵੀ ਚਿੱਤਰਕਾਰ ਨੇ। ਸੋ ਇਸ ਸਿਲਸਿਲੇ ਦੇ ਵਿੱਚ ਇਹ ਹੈ ਕਿ ਸਾਡੇ ਆਰਟ ਨੂੰ ਅਸੀਂ ਕੈਸ਼ ਨਹੀਂ ਕਰ ਸਕੇ। ਸੋ ਇੰਡੀਆ ਦੀ ਚਿੱਤਰਕਾਰੀ 'ਚ ਤੁਸੀਂ ਵੇਖੋ ਕਿ ਅੰਮ੍ਰਿਤਾ ਸ਼ੇਰਗਿੱਲ ਦਾ ਵੱਡਾ ਨਾਂ ਹੋਇਆ, ਅਤੇ ਉਸ ਤੋਂ ਬਾਅਦ MF ਹੁਸੈਨ ਵੱਡਾ ਨਾਂ ਹੋਇਆ। ਹਾਲਾਂਕਿ ਬਾਈਜੀ ਲਾਲੀ ਟੋੜਾ ਦਾ ਬੇਟਾ ਗੁਰਸ਼ਾਨ ਵੀ ਵਧੀਆ ਚਿੱਤਰਕਾਰੀ ਕਰਦਾ ਹੈ। ਜਾਣੀ ਅਸੀਂ ਇਹਨਾਂ ਚੀਜ਼ਾਂ ਨੂੰ ਪ੍ਰੋਫੈਸ਼ਨ ਨਹੀਂ ਸਮਝਦੇ, ਪਰ ਤੁਸੀਂ ਵੇਖੋ ਕਿ ਇਹਨਾਂ ਅਮੀਰ ਮੁਲਕਾਂ ਦੇ ਵਿੱਚ ਇਹ ਚੀਜ਼ਾਂ ਨੇ, ਜਿਹੜਾ ਮਾਡਰਨ ਆਰਟ ਹੈ ਇਹ ਇੰਨਾ ਮਹਿੰਗਾ ਵੀ ਵਿਕਦਾ ਹੈ। ਸੋ ਇਸ ਕਰਕੇ ਸਾਡੇ ਤਾਂ ਅਜੇ ਤਾਂ ਇਹ ਹੈ ਨਾ, ਸਾਡੇ ਤਾਂ ਅਜੇ ਰੋਟੀਆਂ ਦੇ ਲਾਲੇ ਪਏ ਹੋਏ ਨੇ, ਰੋਟੀਆਂ ਕਾਰਨ ਪੂਰੇ ਤਾਲ, ਜਿਸ ਤਰ੍ਹਾਂ ਦੇ, ਇਸ ਤਰ੍ਹਾਂ ਹੈਰੀ ਪੋਟਰ ਵਰਗੀਆਂ ਕਹਾਣੀਆਂ ਨੇ। ਸੋ ਹੈਰੀ ਪੋਟਰ ਦੀ ਜਿਹੜੀ ਰੋਲਿੰਗ ਸਟੋਨ ਹੈ, ਜੋ ਲੇਖਕ ਹੈ, ਉਸਨੇ ਤੁਸੀਂ ਵੇਖੋ ਕਿ ਅਰਬਾਂ ਰੁਪਏ ਦੀ ਕਮਾਈ ਕੀਤੀ ਹੈ। ਇਹਨਾਂ ਦੇ ਜਿਹੜੀਆਂ ਕਹਾਣੀਆਂ ਆਈਆਂ ਨੇ, ਜੋ ਇਹਨਾਂ ਦੀਆਂ ਫਿਲਮਾਂ ਆਈਆਂ ਨੇ, ਐਪੀਸੋਡ ਆਏ ਨੇ, ਉਹਨਾਂ ਨੇ 90 ਕਰੋੜਾਂ ਦੀ ਕਮਾਈ। ਇੱਕ ਵਾਰੀ ਤੁਸੀਂ ਵੇਖਣ ਲੱਗ ਜਾਓ ਤੁਸੀਂ ਛੱਡ ਨਹੀਂ ਸਕਦੇ। ਮੰਨ ਲਓ ਜਿਹੜਾ ਸਾਡੇ ਬਾਂਸ ਦਾ ਝਾੜੂ ਆ, ਆਮ ਆਦਮੀ ਪਾਰਟੀ ਵਾਲਾ, ਉਹਨੂੰ ਵੀ ਹੈਰੀ ਪੋਟਰ ਵਾਲਾ ਝਾੜੂ ਕਹਿਣ ਲੱਗ ਪਏ ਲੋਕ। ਖੈਰ, ਸੋ ਇਸ ਕਰਕੇ ਵਿਸ਼ਵ ਦੇ ਇਹਨਾਂ ਵਪਾਰੀਆਂ ਨੇ ਇਹਨਾਂ ਚੀਜ਼ਾਂ ਨੂੰ ਬਹੁਤ ਐਪਰੀਸ਼ੀਏਟ ਵੀ ਕੀਤਾ, ਅਤੇ ਉਹਦੇ ਵਿੱਚ ਜਿਹੜੇ ਕਲਾਕਾਰ ਸੀ ਉਹਨਾਂ ਨੇ ਕਮਾਈ ਵੀ ਬਹੁਤ ਕੀਤੀ। ਆਪਣੇ ਨਾਲ ਇਸ ਵਕਤ ਮੁਕੱਦਰ ਜੀ ਵੀ ਜੁੜੇ ਨੇ। ਹਾਲਾਂਕਿ ਤੁਸੀਂ ਵੇਖੋ ਕਿ ਇਸ ਤਰ੍ਹਾਂ ਦੀਆਂ ਹੈਰੀ ਪੋਟਰ ਵਰਗੀਆਂ ਕਹਾਣੀਆਂ ਸਾਡੇ ਅਨੇਕਾਂ ਗ੍ਰੰਥਾਂ 'ਚ ਨੇ, ਪਰ ਅਸੀਂ ਉਹਨੂੰ ਮਤਲਬ ਸ਼ੰਭੂ ਤੋਂ ਪਾਰ ਨਹੀਂ ਲਿਜਾ ਸਕੇ, ਦਿੱਲੀ ਤੋਂ ਪਾਰ ਨਹੀਂ ਲਿਜਾ ਸਕੇ। ਪਰ ਉਹਨਾਂ ਨੇ
ਅੱਜ ਦੀ ਤਾਰੀਖ ਦੇ ਵਿੱਚ ਕੁਝ ਸਾਲ ਪਹਿਲਾਂ ਇਹ ਲਿਖ ਕੇ ਦੁਨੀਆ ਦੇ ਵਿੱਚ ਮਤਲਬ ਹਨੇਰੀ ਲਿਆਤੀ ਸੀ। ਖੈਰ, ਸੋ ਇਹ ਸੀ ਰਿਪੋਰਟ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਅਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ। ਅਤੇ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਆਪਣੇ ਯੂਟਿਊਬ ਦਾ ਲਿੰਕ 9876306955 'ਤੇ ਮੰਗਵਾ ਸਕਦੇ ਹੋ, 9876309655 9876306955 ਆਪਣਾ ਵਟਸਐਪ ਗਰੁੱਪ ਨੰਬਰ ਹੈ, ਇਸੇ ਨੰਬਰ 'ਤੇ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ ਅਤੇ ਇਸੇ ਨੰਬਰ 'ਤੇ ਇਸ ਪ੍ਰੋਗਰਾਮ ਦਾ ਲਿੰਕ 9876306955 'ਤੇ ਮੰਗਵਾ ਸਕਦੇ ਹੋ। ਮੁਕੰਦਰ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਔਲਖ ਸਾਹਿਬ ਬੋਲੋ ਜ਼ਰਾ, ਸਤਿ ਸ਼੍ਰੀ ਅਕਾਲ ਜਨਾਬ, ਗੱਲ ਕਰੋ। ਹਾਂਜੀ, ਤੁਹਾਨੂੰ ਜੀ ਆ ਕੱਲ ਆਪਣਾ ਸੈਣੀ ਬਾਈ ਜੀ ਵੀ ਗੱਲ ਕਰ ਰਹੇ ਸੀ, ਜਿਹੜੀ ਕਾਨੂੰਨ ਨਵੇਂ ਆਏ ਨੇ CRPC ਚ ਬਦਲਾਅ ਕੀਤਾ ਗਿਆ ਜਿਹੜਾ, ਤੇ ਇਹਦੇ ਤੇ ਤੁਹਾਨੂੰ ਜੀ ਆਪ ਹੁਣ ਲਾ ਲਓ ਤੁਸੀਂ, ਕਰਨਾਟਕ ਨੇ ਇੱਕ ਪੈਨਲ ਬਣਾ ਕੇ ਬਕਾਇਦਾ ਮਾਹਰਾਂ ਦਾ, ਵਕੀਲਾਂ ਦਾ, ਤੇ ਬਾਕੀ ਜਿੰਨੇ ਵੀ ਸਾਊਥ ਦੇ ਸੂਬੇ ਨੇ ਉਹ ਇਹਦੇ ਤੇ ਆਪਣਾ ਮੰਨ ਲਓ ਵਿਰੋਧ ਦਰਜ ਕਰਾ ਰਹੇ ਨੇ। ਵੀ ਇੱਕ ਤਾਂ ਇਹ ਸੰਵਿਧਾਨਿਕ ਰੂਪ ਚ ਠੀਕ ਨੀ ਹੈਗਾ ਜੀ, ਨਾ ਤਾਂ ਜਿਵੇਂ ਹੁਣ ਕਾਨੂੰਨ ਕੋਈ ਵੀ ਆ ਉਹਦੀ ਵੀ ਸੰਵਿਧਾਨ ਦੇ ਵਿੱਚ ਹੈ ਵੀ ਉਹਦੀ ਜਿਹੜਾ ਨੇਮ ਹੈ ਵੀ ਉਹ ਇੰਗਲਿਸ਼ ਚ ਆਉਣਾ ਚਾਹੀਦਾ, ਜਦੋਂ ਕਿ ਇਹਨਾਂ ਨੇ ਸੰਸਕ੍ਰਿਤ ਚ ਰੱਖਿਆ ਹੋਇਆ ਹੈ। ਤੇ ਇਹ ਕੰਕਰੈਂਟ ਲਿਸਟ ਚ ਆਉਂਦਾ ਹੈ ਜੀ, ਨਾ ਹੀ ਇਹਨਾਂ ਨੇ ਸੂਬਿਆਂ ਤੋਂ ਕੋਈ ਉਹ ਲਿਆ ਹੈਗਾ ਵੀ ਉਹਨਾਂ ਦੀ ਕੋਈ ਸਲਾਹ ਲਈ ਹੈ। ਤੇ ਬਕਾਇਦਾ ਜਦੋਂ ਇਹ ਮੰਨ ਲਓ ਪਾਸ ਕੀਤੇ ਗਏ ਉਦੋਂ 175 ਮੈਂਬਰ ਜਿਹੜੇ ਸੀ ਪਾਰਲੀਮੈਂਟ ਉਹ ਸਾਰੇ ਸਸਪੈਂਡ ਕੀਤੇ ਹੋਏ ਸੀ ਜੀ ਇਹਨਾਂ ਨੇ। ਤੇ ਬਾਕੀ ਜਿਹੜਾ ਹੁਣ ਇਹਦਾ ਅਸਰ ਹੈ ਟਵਾਣਾ ਜੀ, ਮੰਨ ਲਓ ਵੀ ਜਿਵੇਂ ਹੁਣ ਸਭ ਤੋਂ ਮੇਨ ਤਾਂ ਇਹੀ ਹੋ ਗਿਆ ਵੀ ਜਿਹੜਾ ਪਹਿਲਾਂ ਕੋਈ ਵੀ ਅੱਤਵਾਦੀ ਗਤੀਵਿਧੀ ਹੁੰਦੀ ਸੀ ਤੇ ਉਹਦੇ ਚ ਮੰਨ ਲਓ SSP ਰੈਂਕ ਜਾਂ ਉਹਦੇ ਤੋਂ ਉੱਤੇ ਦੇ ਰੈਂਕ ਦੇ ਜਿਹੜੇ ਮੰਨ ਲਓ ਹੁੰਦੇ ਸੀ ਵੀ ਉਹਨਾਂ ਦੀ ਉਹਦੇ ਨਾਲ ਫਿਰ ਜਾ ਕੇ ਵੀ ਕੋਈ ਜੀ, ਤੇ ਇਹਨਾਂ ਨੇ ਸਿੱਧਾ ਥਾਣੇਦਾਰਾਂ ਨੂੰ ਵੀ ਅਧਿਕਾਰ ਦੇ ਦਿੱਤਾ ਵੀ ਜਿਹਨੂੰ ਮਰਜ਼ੀ ਤੁਸੀਂ ਅੱਤਵਾਦੀ ਘੋਸ਼ਿਤ ਕਰਕੇ ਵੀ ਉੱਤੇ ਪਰਚਾ ਦਰਜ ਕਰ ਦਿਓ। ਤੇ ਇਹਦੇ ਤੁਸੀਂ ਦੇਖੋ ਵੀ ਟਵਾਣਾ ਜੀ ਕਿੱਡੇ ਮਾੜੇ ਰਿਜ਼ਲਟ ਹੈਗੇ ਨੇ। ਹੁਣ ਉਹ ਸੂਬੇ ਜਿਹੜੇ ਨੇ ਉਹ ਇਹਦੇ ਤੇ ਇੰਨਾ ਕੁਛ ਕਰ ਰਹੇ ਨੇ, ਪਰ ਸਾਡੇ ਇੱਥੇ ਵੇਖੋ ਟਵਾਣਾ ਜੀ ਨਾ ਤਾਂ ਸਾਡੀ ਜਿਹੜੀ ਸਰਕਾਰ ਹੈਗੀ ਹੈ ਜੀ, ਇਹ ਤਾਂ ਇਹਨਾਂ ਵੱਲੋਂ ਕੋਈ ਬਿਆਨ ਜਾਂ ਕੋਈ ਗੱਲਬਾਤ ਹੁੰਦੀ ਹੈ ਵੀ ਸਾਡਾ ਇਹਦੇ ਤੇ ਆਹ ਮਤ ਹੈ, ਤੇ ਨਾ ਸਾਡੀ ਖੇਤਰੀ ਪਾਰਟੀ ਜੀ ਉਹਨਾਂ ਦਾ ਕੋਈ ਜੀ ਹੁਣਾ ਵੀ ਕੀ ਹੋ ਰਿਹਾ ਤੇ ਕੀ ਨਹੀਂ ਹੋ ਰਿਹਾ ਜੀ ਉੱਥੇ। ਤੇ ਜਦੋਂ ਕਿ ਕੱਲ ਨੂੰ ਇਹਨਾਂ ਨੇ ਖੋਰੂ ਪਾਉਣਾ ਤੇ ਸਭ ਤੋਂ ਵੱਧ ਇਹਨਾਂ ਦੇ ਹੀ ਲੱਗਣੇ ਨੇ, ਜਾਂ ਇਹੋ ਜਿਹੜੇ ਜ਼ਿਆਦਾ ਮੰਨ ਲਓ ਅਗਰੈਸਿਵ ਹੋ ਕੇ ਚੱਲਦੇ ਨੇ। ਤੇ ਫਿਰ ਮੁੜ ਕੇ ਅਸੀਂ ਰੌਲਾ ਪਾਉਂਦੇ ਹਾਂ ਟਵਾਣਾ ਜੀ ਵੀ ਆਹ ਹੋ ਗਿਆ ਜੀ ਸਾਡੇ ਨਾਲ ਧੱਕਾ ਹੋ ਗਿਆ, ਪਰ ਜਦੋਂ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਉਦੋਂ ਤਾਂ ਸਾਨੂੰ ਪਤਾ ਵੀ ਨਹੀਂ ਹੁੰਦਾ ਵੀ ਕੀ ਹੋ ਰਿਹਾ ਜੀ ਕੀ ਨਹੀਂ ਹੋ ਰਿਹਾ ਉੱਥੇ। ਹਾਂ, ਉਹਦੇ 'ਚ ਦੇਖੋ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਜਾਂ ਜਿਹੜੇ ਸਾਡੇ ਕੋਲਮ ਨਵੀਸ ਨੇ, ਜਿਹੜਾ ਸਾਡਾ ਮੀਡੀਆ ਜੇ, ਇਹਨਾਂ ਕਾਨੂੰਨਾਂ ਦਾ ਲੇਖਾ ਜੋਖ, ਪਰ ਅਸਲ ਦੇ ਵਿੱਚ ਉਹ ਜਿਸ ਤਰ੍ਹਾਂ ਸੈਣੀ ਸਾਹਿਬ ਨੇ ਵੀ ਆਖਿਆ ਕਿ ਇਹ ਤਾਂ ਹੁਣ ਜਦੋਂ ਉਹ ਪੂਰਾ ਖੁੱਲ੍ਹ ਕੇ ਸਾਹਮਣੇ ਆਏਗਾ, ਕਿਉਂਕਿ ਸਦਨ 'ਚ ਇਹ ਚੀਜ਼ਾਂ ਜਦੋਂ ਪੇਸ਼ ਕੀਤੀਆਂ ਜਾਂਦੀਆਂ ਨੇ ਉਹ ਤਫਸੀਲ ਦਿੰਦੇ ਹੀ ਨਹੀਂ ਹੈਗੇ, ਉਹ ਤਾਂ ਜਦੋਂ ਡਿਟੇਲ ਆਉਂਦੀ ਹੈ ਜਨਤਕ ਪੋਰਟਲ 'ਤੇ ਡਿਟੇਲ ਆਉਂਦੀ ਉਦੋਂ ਨੂੰ ਕਾਨੂੰਨ ਪਾਸ ਹੋ ਚੁੱਕੇ ਹੁੰਦੇ ਨੇ, ਕਿਉਂਕਿ ਜੇ ਆਪੋਜੀਸ਼ਨ ਸਟਰੋਂਗ ਹੈ ਤਾਂ ਹੀ ਇਹਨਾਂ ਚੀਜ਼ਾਂ ਨੂੰ ਰੋਕ ਸਕਦੀ ਹੈ ਕਿ ਇਹਦੀ ਤਫਸੀਲ ਦਿਓ ਕੀ ਕਾਨੂੰਨ ਲਿਆ ਰਹੇ ਨੇ। ਇਸੇ ਕਰਕੇ ਹੁਣ ਜਿਵੇਂ ਆਪੋਜੀਸ਼ਨ ਸਟਰੋਂਗ ਹੈ ਦੇਸ਼ ਦੇ ਵਿੱਚ, UCC ਜਾਂ ਜਿਹੜੇ ਹੋਰ ਕਾਨੂੰਨ ਨੇ ਹਿੰਦੂ ਰਾਸ਼ਟਰ ਦੇ ਜਿਹੜੇ ਕਾਨੂੰਨ ਨੇ ਉਹ ਨਹੀਂ ਲਾਗੂ ਹੋਣਗੇ। ਹੁਣ ਜਿਵੇਂ ਅਮਰੀਕਾ ਦੀ ਰਿਪੋਰਟ ਆਈ ਹੈ ਕਿ ਇੱਥੇ ਭਾਈ ਘੱਟ ਗਿਣਤੀ ਨਾਲ ਧੱਕਾ ਹੋ ਰਿਹਾ, ਕੱਲ੍ਹ ਹੀ ਬਲਿੰਕਨ ਹੋਰਾਂ ਦੀ ਰਿਪੋਰਟ ਆਈ ਹੈ, ਅਤੇ ਉਹ ਜਦੋਂ ਸਾਰਾ ਮੀਡੀਆ ਛਾਪਦਾ ਉਹ ਲੋਕਾਂ 'ਚ ਜਾਂਦੀ ਹੈ ਅਤੇ ਉਹਦਾ ਅਸਰ ਪੈਂਦਾ। ਹੁਣ ਜੇ ਅਸੀਂ ਖਬਰਾਂ ਹੀ ਤਕਰੀਬਨ ਇੱਥੇ ਪ੍ਰਧਾਨ ਮੰਤਰੀ ਬਾਜੇ ਕੇ ਤੱਕ ਸੀਮਤ ਕਰ ਲਾਂਗੇ ਅਤੇ ਜਾਂ ਫਿਰ ਅਨਮੋਲ ਕਵਾਤਰਾ ਤੱਕ ਸੀਮਤ ਕਰ ਲਾਂਗੇ ਅਤੇ ਫਿਰ ਉਹ ਨਿਕਲਣਾ ਕੀ ਹੈ। ਪਰ ਅਸੀਂ ਦੇਖੋ ਬਹੁਤੇ ਯੂਟਿਊਬਰ, ਤੁਸੀਂ ਇੱਥੇ ਤੱਕ ਹੀ ਸੀਮਤ ਹੈ, ਲੱਖੇ ਸਿਧਾਣੇ ਨੇ ਕੀ ਕਿਹਾ ਅਤੇ ਦੂਸਰੇ ਭਾਨੇ ਸਿੱਧੂ ਨੇ ਕੀ ਕਿਹਾ,
ਜ਼ਿਆਦਾ ਪੰਜਾਬ ਦਾ ਮੀਡੀਆ ਤੁਸੀਂ ਵੇਖੋ ਜਿੰਨੇ ਯੂਟਿਊਬਰ ਨੇ ਉਹ ਕੋਈ ਨੈਸ਼ਨਲ ਇਸ ਤਰ੍ਹਾਂ ਦੀ ਨਿਊਜ਼ ਤਾਂ ਚੱਕਦੇ ਨਹੀਂ, ਉਹ ਤਾਂ ਆਪਸ 'ਚ ਛੋਟਾ ਮੋਟਾ ਖਿਲਾਰਾ, ਉਹਨੇ ਉਹਨੂੰ ਕੀ ਕਿਹਾ, ਉਹ ਹੋਇਆ ਅੱਧੀ ਰਾਤ ਨੂੰ ਤੱਤਾ, ਉਹ ਹੋਇਆ ਉਹ ਅੱਧੀ ਰਾਤ ਨੂੰ ਕੱਢਿਆ ਦਾ ਚਿਬ। ਸਾਡਾ ਤਾਂ ਜਿਹੜਾ ਯੂਟਿਊਬਰ ਹੈ ਜਿਹਨੂੰ ਸਾਡਾ ਪੰਜਾਬ ਬਹੁਤਾ ਫਾਲੋ ਕਰਦਾ, ਉਹ ਤਾਂ ਦੇਖਦਾ ਹੀ ਕੁਛ ਚੀਜ਼ ਹੈ। ਪਿੱਛੇ ਜੇ ਇੱਕ ਰਿਪੋਰਟ ਆਈ ਸੀ ਕਿ ਜਿਹੜਾ ਕਰੰਟ ਨਿਊਜ਼ ਆ, ਅਸੀਂ ਸਿਰਫ 4% ਲੋਕ ਵੇਖਦੇ ਹਾਂ ਇੰਡੀਆ ਦੇ, ਜਿਹਦੇ ਨਾਲ ਸਾਡਾ ਭਵਿੱਖ ਖੜਾ। ਹਾਂਜੀ, ਪਰ ਅਸੀਂ ਵੇਖਦੇ ਕੀ ਹਾਂ, ਉਹ ਤੁਹਾਡੇ ਸਾਹਮਣੇ ਆ ਲੀਰਾਂ। ਉਹੀ ਉਹੀ ਗੱਲ ਹੈ ਟਵਾਣਾ ਜੀ, ਵੀ ਸਾਨੂੰ ਸਾਨੂੰ ਕੋਈ ਜਿਹੜਾ ਮੰਨ ਲਓ ਸਾਡੀ ਜ਼ਿੰਦਗੀ ਤੇ ਅਸਰ ਪੈਣਾ, ਜਿਹੜੇ ਕਾਨੂੰਨ ਨੇ ਸਾਨੂੰ ਪਤਾ ਹੀ ਨਹੀਂ ਹੈਗਾ ਜੀ ਉਹਨਾਂ ਦਾ, ਨਾ ਸਾਡੇ, ਚਲੋ ਇਹ ਮੀਡੀਆ ਨੇ ਤਾਂ ਕਰਨਾ ਹੀ ਇਹੀ ਕੁਛ ਹੀ ਹੈਗਾ ਜੀ, ਚਲੋ ਚਲੋ ਉਮੀਦ ਤਾਂ ਕਰਦੇ ਹਾਂ ਵੀ ਚਲੋ ਚੰਗੀ ਹੋਵੇ। ਪਰ ਜਿਹੜੇ ਹੁਣ ਮੈਂਬਰ ਪਾਰਲੀਮੈਂਟ ਵੀ ਨੇ ਜਿਹੜੇ, ਅਸੀਂ ਹੁਣ ਆਪਾਂ ਇਸੇ ਕਰਕੇ ਤਾਂ ਕਹਿੰਦੇ ਹਾਂ ਟਵਾਣਾ ਜੀ, ਵਾਰ ਵਾਰ ਉਦਾਹਰਣ ਦੇ ਦਈਏ ਵੀ ਸਾਊਥ ਤੋਂ ਕਿੰਨੇ ਪੜ੍ਹੇ ਲਿਖੇ, ਚਾਹੇ ਮਊਆ ਮੋਤਰਾ ਵਰਗੇ ਨੇ, ਹੋਰ ਕਿੰਨੇ ਨੇ ਵੀ ਆਉਂਦੇ ਨੇ, ਗੱਲ ਨਹੀਂ ਕਰਨ ਦੇ। ਉਹਦੇ 'ਚ ਤੁਸੀਂ ਵੇਖੋ, ਹਾਂ ਹੁਣ 2-3 ਦਿਨ ਦੀਆਂ ਮੀਡੀਆ ਪੋਸਟਾਂ ਪਾ ਰਿਹਾ, ਉਹ 'ਤੇ ਪੋਸਟ 'ਤੇ 1800 ਕਮੈਂਟ ਆ ਗਏ ਆ, ਪਰ ਉਹ ਪੰਜਾਬ ਵਾਲਿਆਂ ਨੇ ਪਾਈ ਆ ਕਿ ਬਾਜ ਕੇ ਇਹਨੂੰ ਖੜਨਾ ਚਾਹੀਦਾ। 1800 ਕਮੈਂਟ ਆ ਗਿਆ, ਦੂਸਰੀ ਪਾਉਣਗੇ ਉਹਨਾਂ ਨੂੰ 8 ਆਉਣਗੇ, ਉਹ ਕਿਉਂ ਪਾਉਣਗੇ, ਉਹਨਾਂ ਨੂੰ 1800 ਤੋਂ ਪੈਸੇ ਆਉਣੇ, 8 ਤੋਂ ਥੋੜ੍ਹੀ ਆਉਣੇ ਆ। ਹੁਣ ਕਈ ਕਹਿੰਦੇ ਪਹਿਲਿਆਂ ਨੇ ਬਣਾ ਕੇ ਕੀ ਕਰ ਲਿਆ ਗਿੱਦੜਵਾਹੇ ਤੋਂ, ਪ੍ਰਧਾਨ ਮੰਤਰੀ ਮਤਲਬ ਕਮੈਂਟਾਂ ਦੇ ਆਧਾਰ 'ਤੇ ਤੋਂ ਜਿੱਤਿਆ ਪਿਆ, ਅਤੇ ਹੁਣ ਉੱਥੇ ਬਾਜੇ ਕੇ ਜਾ ਕੇ ਵਿਧਾਨ ਸਭਾ 'ਚ ਕਰੇਗਾ ਕੀ? ਅਤੇ ਉਹ ਮਤਲਬ ਅਸੀਂ ਕਹਿੰਦੇ ਬਰਾਬਰ ਹੈ ਜੀ, ਹੁਣ ਸਾਡੇ ਤੋਂ ਪਹਿਲਾਂ ਹੀ ਆ ਕਿ ਸਾਡੇ ਤਾਂ ਨਵਾਬੀਆਂ ਕੇ ਉਹਨਾਂ ਨੂੰ ਦਿੰਦੇ ਨੇ ਜਿਹੜੇ ਘੋੜਿਆਂ ਦੀ ਲੱਦ ਚੁੱਕਦੇ ਨੇ, ਸਾਡੇ ਤਾਂ ਕਰਤਾਰ ਸਿੰਘ ਸੰਤਾਂ ਦਾ ਜਿਹੜਾ ਡਰਾਈਵਰ ਹੈ ਕਿੱਕਰ 'ਚੋਂ, ਉਹਨੂੰ ਅਸੀਂ ਪਾਰਲੀਮੈਂਟ ਮੈਂਬਰ ਬਣਾਉਣ 'ਚ ਆਪਣੀ ਸ਼ੇਖ ਹੀ ਸਮਝਦੇ ਹਾਂ ਯਾਰ। ਪਾਰਲੀਮੈਂਟ ਮੈਂਬਰ ਪਾਰਲੀਮੈਂਟ ਮੈਂਬਰ ਹੋਣਾ ਚਾਹੀਦਾ, ਘੋੜਿਆਂ ਦਾ ਪਾਲਕ ਘੋੜਿਆਂ ਦਾ ਪਾਲਕ ਹੋਣਾ ਚਾਹੀਦਾ, ਭੋਲਾ ਪੈਂਚਰਾਂ ਵਾਲਾ ਵਧੀਆ ਪੈਂਚਰ ਲਾ ਸਕਦਾ, ਉਹ ਵਧੀਆ ਪੋਲੀਟੀਕਲ ਨਹੀਂ ਹੋ ਸਕਦਾ। ਹਾਂਜੀ, ਪਰ ਸਾਡੇ ਜਿਹੜਾ ਉਹ ਧਰਮ ਦੀ ਬਰਾਬਰੀ ਆ ਗਈ ਕਿ ਸਾਰੇ ਬਰਾਬਰ ਨਹੀਂ, ਪੱਤਰਕਾਰ ਦਾ ਆਪਣਾ ਪ੍ਰੋਫੈਸ਼ਨ ਹੈ, ਬਾਣੀ ਦਾ ਆਪਣਾ, ਕਿਸਾਨ ਦਾ ਆਪਣਾ ਹੈ। ਹੁਣ ਜੇ ਕਿਸਾਨ ਨੂੰ ਤੁਸੀਂ ਉੱਥੇ ਪੋਲੀਟੀਸ਼ੀਅਨ ਬਣਾ ਦਿਉ, ਅਤੇ ਉਹ ਕਿਸਾਨੀ ਦਾ ਵੀ ਬੇੜਾ ਗਰਕ ਕਰੇਗਾ ਅਤੇ ਪੋਲੀਟੀਸ਼ੀਅਨ ਦਾ ਵੀ ਬੇੜਾ ਗਰਕ ਕਰੇਗਾ, ਜਿਸ ਕਾ ਕਾਮ ਉਸੀ ਕੋ ਸਾਜੇ। ਪਰ ਅਸੀਂ ਸਾਡੇ ਧਰਮਾਂ 'ਚ ਜਿਹੜੀ ਇਹ ਬਰਾਬਰਤਾ ਦਾ ਖੌਤੀ ਰੋਣਾ ਦੱਸ ਦਿੰਦੇ ਨੇ ਕਿ ਯਾਰ ਇਹਨਾਂ ਨੂੰ ਵੀ ਮੌਕਾ ਦਿਓ, ਅਤੇ ਉੱਥੇ ਪ੍ਰੋਬਲਮ ਹੈ ਜੀ। ਥੈਂਕ ਯੂ। ਅਸੀਂ ਤਾਂ ਮਲੋਆ ਸਾਹਿਬ ਨੇ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਜਾਂ ਵਾਹਿਗੁਰੂ ਜੀ ਕੀ ਫਤਿਹ ਬੁਲਾਤੀ, ਉਹਨੇ ਜੀ ਖੁਸ਼ ਹੋਏ ਫਿਰਦੇ ਆ ਜੀ ਉੱਥੇ। ਉਹ ਕਹਿੰਦਾ ਮੈਂ ਰਾਹੁਲ ਗਾਂਧੀ ਦਾ ਕਹਿੰਦਾ ਜਦੋਂ ਮੈਂ ਸਹੁੰ ਚੁੱਕਣ ਲੱਗਾ ਸਾ ਉਹ ਡਰਦਾ ਬਾਹਰ ਬਹੁਤ ਚਲਾ ਗਿਆ ਜੀ, ਹੁਣ ਪਤਾ ਨੀ ਚਲਾ ਗਿਆ ਕਿ ਨਹੀਂ ਚਲਾ ਗਿਆ, ਜਕਾਰਿਆਂ ਵਾਲੇ ਵਾਧੂ ਨੇ। ਬਿਲਕੁਲ ਬਿਲਕੁਲ ਬਿਲਕੁਲ, ਧੰਨਵਾਦ, ਮਿਹਰਬਾਨੀ ਮਿਹਰਬਾਨੀ, ਥੈਂਕ ਯੂ। ਸਮੇਂ ਵਾਲੇ ਸਾਹਿਬ ਸਤਿ ਸ਼੍ਰੀ ਅਕਾਲ ਭਾਅ ਜੀ, ਲਖਵਿੰਦਰ ਭਾਅ ਜੀ। ਹੈਲੋ, ਹਾਂਜੀ ਸਮੇਂ ਵਾਲੇ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਸਮੇਂ ਵਾਲੇ ਸਾਹਿਬ। ਹਾਂਜੀ ਸਰ, ਬੇਨਤੀ ਸੀਗੀ ਵੀ ਸੂਰਜ ਕੀ ਦੇ ਪਿਓ ਦੇ ਯਾਦ ਉਹਦਾ ਮੰਗਲ ਤਾਰੇ ਤੇ ਕਈ ਨਾ ਰੋਟੀ ਖਾ ਆਉਂਦੇ ਸੀ ਜੀ। ਹਾਂ, ਉਹਦਾ ਆਪਾਂ ਸੁਣਾਈ ਸੀ ਸਾਖੀ ਸਾਰੀ, ਹੈਨਾ। ਤੇ ਬਾਕੀ ਆ ਹੁਣ ਵਾਲੇ ਸਾਧ ਵੀ ਜਾ ਆਉਂਦੇ ਸੀ ਆ ਕੈਮਰਿਆਂ ਤੋਂ ਪਹਿਲਾਂ ਜੀ, ਹੁਣ ਫਿਰ ਫੋਟੋ ਖਿੱਚੀ ਜਾਂਦੀ ਹੈ ਨਾ ਜੀ ਤਾਂ ਨੀ ਜਾਂਦੇ। ਹਾਂ, ਆ ਜੋਨੀ ਕਹਿੰਦਾ ਮੈਂ ਕਈ ਵਾਰੀ ਮੀਂਹ ਪਵਾਇਆ ਜੋਨੀ ਬਾਬਾ, ਕਈ ਵਾਰ ਜੀ ਛੱਡ ਕੇ ਇਹਨਾਂ ਨੇ ਸੁਨਾਮੀਆਂ ਲੈ ਆਉਂਦੀਆਂ ਨੇ, ਮੀਂਹ ਕਿਤੇ ਯਾਦ ਹੈ ਸਰ। ਐਡੇ ਐਡੇ ਕਪੌੜੇ ਜੀ ਸਿੱਖ ਧਰਮ ਦੇ ਵਿੱਚ ਜੀ, ਦੱਸੋ ਹੈਂ। ਬਿਲਕੁਲ ਬਿਲਕੁਲ, ਗੁਰੂ ਸਾਹਿਬ ਦਾ ਜੀ, ਗੁਰੂ ਨਾਨਕ ਦੇਵ ਜੀ ਦੀ ਬਾਬਤ ਇੱਕ ਹਰਿੰਦਰ ਨੇ ਗੱਲ ਕੀਤੀ ਸੀ ਵੀ ਡੈਡ ਬੋਡੀ ਉਹਨਾਂ ਦੀ ਨਾਲ ਕੀ ਹੋਇਆ ਤੇ ਕਿਵੇਂ ਉਹਦੇ ਤੋਂ ਗੁਰੂ ਗ੍ਰੰਥ ਸਾਹਿਬ ਖੋ ਕੇ ਆ ਟਕਸਾਲੀ ਲੈ ਗਏ ਸਰ। ਗੱਲ ਤੇ ਉਹਦੀ ਠੀਕ ਸੀ ਜੀ ਵੀ ਡੈਡ ਬੋਡੀ ਫਿਰ ਕਿੱਧਰ ਗਈ ਜੀ, ਫੁੱਲ ਕਿਵੇਂ ਬਣ ਸਕਦੇ ਕਿਸੇ ਲਾਸ਼ ਤੇ ਜੀ, ਪਰ ਨਹੀਂ ਜੀ ਕੋਈ ਸੁਣਨ ਨੂੰ ਅੱਗੋਂ ਤਿਆਰ ਨਹੀਂ ਸੀ, ਗੁਰੂ ਸਾਹਿਬ ਦਾ ਕਤਲ ਕਿਵੇਂ ਹੋ ਸਕਦਾ ਜੀ। ਧੰਨਵਾਦ।
ਮਿਹਰਬਾਨੀ ਮਿਹਰਬਾਨੀ। ਹਾਂ ਅਸੀਂ ਉਹ ਮਤਲਬ ਹਰ ਚੀਜ਼ ਨੂੰ ਨਾ ਕਰਾਮਾਤ ਨਾਲ ਜੋੜ ਲਿਆ, ਸੋ ਇਸ ਕਰਕੇ ਇਹ ਕਾਰਨ ਜਿਹੜੇ ਨੇ ਨਾ ਬਣ ਰਹੇ ਨੇ। ਅਤੇ ਆਪਣਾ ਸਤਨਾਮ ਸਿੰਘ ਪਨਵਾ ਸਾਹਿਬ ਦਾ ਸੁਨੇਹਾ ਆਇਆ, ਸੁਣ ਲਈਏ ਜ਼ਰਾ। ਗੁਰਸਵਾਰੀ ਸਰਦਾਰ ਬਹਾਦਰ ਸਰਦਾਰ ਟਵਾਣਾ ਸਾਹਿਬ ਜੀ ਵਾਹਿਗੁਰੂ ਗੁਰਸਵਾਰੀ ਸਰਦਾਰ ਬਹਾਦਰ ਸਰਦਾਰ ਟਵਾਣਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਤੁਸੀਂ ਗੱਲ ਕੀਤੀ ਆ ਵੀ ਬਾਲੇ ਵਾਲੀ ਜਨਮ ਸਾਖੀ 'ਚ ਲਿਖਿਆ ਕਿ ਗੁਰੂ ਨਾਨਕ ਪਾਤਸ਼ਾਹ ਸੂਰਜ ਤੋਂ ਹੀ ਉੱਪਰ ਉੱਡਦੇ ਰਹੇ, ਕਮਾਲ ਦੀ ਗੱਲ ਆ ਜੀ। ਵੇਦ ਸ਼ਾਸਤਰਾਂ 'ਚ ਵੀ ਇਹੋ ਲਿਖਿਆ ਆ, ਸਰਦਾਰ ਗੁਰਬਖਸ਼ ਸਿੰਘ ਕਾਲਾ ਫਗਾਨਾ ਨੇ ਆਪਣੀ ਕਿਤਾਬ 'ਚ ਲਿਖਿਆ ਕਿ ਹਨੂੰਮਾਨ ਨੇ ਜੰਮਦਿਆਂ ਹੀ ਸੂਰਜ ਦੇ ਗੋਲੇ ਨੂੰ ਬਰਫੀ ਦਾ ਪੀਸ ਸਮਝ ਕੇ, ਗੁਲਾਬ ਜਾਮੁਨ ਸਮਝ ਕੇ ਮੂੰਹ 'ਚ ਪਾ ਲਿਆ ਅਤੇ ਦੁਨੀਆ 'ਤੇ ਹਨੇਰਾ ਹੋ ਗਿਆ। ਫਿਰ ਦੇਵਤੇ ਭੱਜੇ ਆਏ ਅਤੇ ਉਹਨਾਂ ਨੇ ਹਨੂੰਮਾਨ ਨੂੰ ਬੇਨਤੀ ਕੀਤੀ ਅਤੇ ਇਹਦੇ ਮੂੰਹ 'ਚੋਂ ਸੂਰਜ ਕੱਢਿਆ। ਇੱਥੇ ਬਸ ਨਹੀਂ, ਫਿਰ ਕਹਿੰਦੇ ਨੇ ਬਾਬੇ ਵਿਸ਼ਵਕਰਮੇ ਨੇ ਆਪਣੀ ਧੀ ਦਾ ਵਿਆਹ ਕਰ ਦਿੱਤਾ ਸੂਰਜ ਦੇ ਨਾਲ ਅਤੇ ਉਹ ਆਂਹਦੀ ਪਾਪਾ ਸੇਕ ਬੜਾ ਪੈਂਦਾ ਜੀ ਇਹਦੇ ਕੋਲੋਂ, ਉਹ ਕਹਿੰਦਾ ਠਹਿਰ ਜਾ ਇਹਦਾ ਇਲਾਜ ਕਰਦੇ ਹਾਂ। ਉਹਨੇ ਲਾਹ ਕੇ ਜ਼ਮੀਨ ਦੇ ਉੱਤੇ ਇਹਨੂੰ ਖਰਾਦ ਦਿੱਤਾ। ਦੱਸੋ ਕਾਲੇ ਫਗਾਨੇ ਸਕੂਲ 'ਚ ਪੜ੍ਹਦਿਆਂ ਗੱਲ ਕਰਦਿਆਂ ਹੁੰਦਾ ਸੀ ਮਾਸਟਰ ਅਮਰੀਕ ਸਿੰਘ, ਤੁਸੀਂ ਹੁਣੇ ਗੱਲ ਕੀਤੀ ਨਾ ਮਨ ਜੀਤੇ ਜਗਜੀਤ, ਇਹ ਕਾਲੇ ਫਗਾਨੇ ਸਕੂਲ ਦੀਆਂ ਕੰਧਾਂ ਉੱਤੇ ਗੱਲਾਂ ਲਿਖੀਆਂ ਹੁੰਦੀਆਂ ਸੀ ਪੰਗਤੀਆਂ ਗੁਰੂ ਮਹਾਰਾਜ ਦੀਆਂ, ਮਨ ਜੀਤੇ ਜਗਜੀਤ ਫੈਲੇ ਵਿੱਦਿਆ ਚਾਨਣ ਹੋਏ, ਵਿੱਦਿਆ ਵਿਚਾਰੀ ਤਾਂ ਪਾਰੋ ਪਕਾਰੀ। ਉਦੋਂ ਸਾਨੂੰ ਸਮਝ ਨਹੀਂ ਸੀ ਛੇਵੀਂ 'ਚ, ਫਿਰ ਸਾਨੂੰ ਅੱਠਵੀਂ ਨਾਮੀ 'ਚ ਪਤਾ ਲੱਗ ਗਿਆ ਵੀ ਜਿਨ੍ਹਾਂ ਨੇ ਵਿੱਦਿਆ ਵਿਚਾਰ ਲਈ ਉਹਨਾਂ ਵਾਸਤੇ ਪਰਉਪਕਾਰੀ ਬਣੀ ਆ, ਜਿਹਨੇ ਮਨ 'ਤੇ ਕੰਟਰੋਲ ਕਰ ਲਿਆ। ਤੁਸੀਂ ਹੁਣੇ ਗੱਲ ਕੀਤੀ ਆ ਨਾ ਮਨ ਦੀ, ਗੁਰਬਾਣੀ ਸਾਰੀ ਮਨ ਨੂੰ ਸੰਬੋਧਨ ਕਰਕੇ ਆ, ਮਨ ਲੋਭੀ ਮਨ ਲਾਲਚੀ ਮਨ ਚੰਚਲ ਮਨ ਚੋਰ, ਮਨ ਜਿਹੜਾ ਨਾ ਇਹ ਮਨ ਹੀ ਭਟਕਦਾ ਆ। ਕਹੋ ਨਾਨਕ ਸੁਣ ਰੇ ਮਨਾ, ਮਨ ਨੂੰ ਸੰਬੋਧਨ ਕਰਕੇ ਗੁਰਬਾਣੀ ਲਿਖੀ ਆ, ਜਿਹਨੇ ਮਨ 'ਤੇ ਕੰਟਰੋਲ ਕਰ ਲਿਆ ਉਹਨੇ ਕਰ ਲਿਆ, ਉਹਨੇ ਰੱਬ ਨੂੰ ਪਾ ਲਿਆ। ਅਰਦਾਸ ਹਿਰਦੇ ਦੇ ਤਲ ਤੋਂ ਹੋਣੀ ਆ। ਹੁਣ ਗੱਲ ਕਰ ਰਿਹਾ ਸਾਂ ਸੂਰਜ ਦੀ, ਉਹ ਬਾਲੇ ਵਾਲੀ ਜਨਮ ਸਾਖੀ ਦੀ, ਅਤੇ ਇੱਥੋਂ ਮੈਨੂੰ ਚੇਤਾ ਆ ਗਿਆ ਵੀ ਮਾਸਟਰ ਅਮਰੀਕ ਸਿੰਘ ਕਹਿੰਦੇ ਸੀ ਵੀ ਜਿਹੜਾ ਸੂਰਜ ਆ ਨਾ ਇਹ ਸਮਝ ਲਓ ਵੀ ਫੁੱਟਬਾਲ ਜਿੱਡਾ, ਛੇਵੀਂ ਜਮਾਤ 'ਚ ਪਤਾ ਲੱਗ ਗਿਆ ਸੀ, ਅਤੇ ਜਿਹੜੀ ਧਰਤੀ ਆ ਨਾ ਜ਼ਮੀਨ ਆ ਪੂਰੀ ਦੁਨੀਆ ਦੀ ਉਹ ਸਰੋਂ ਦੇ ਦਾਣੇ ਜਿੱਡੀ। ਅਤੇ ਇਹ ਮੈਨੂੰ ਇਹ ਹੁਣ ਜਦੋਂ ਗੁਰਬਖਸ਼ ਸਿੰਘ ਕਾਲੇ ਫਗਾਨੇ ਨੂੰ ਪੜ੍ਹਿਆ ਅਤੇ ਉਹ ਆਉਂਦੇ ਵੀ ਪਸ਼ਕਰਮੇ ਨੇ ਆਖਿਆ ਲਾਹ ਕੇ ਖਰਾਬ 'ਤੇ ਛਾਣ ਦਿੰਦੇ ਆ ਸੂਰਜ ਨੂੰ, ਇਹਦਾ ਦਸਵਾਂ ਜਾਂ ਛੇਜ਼ਾ ਛਾਣ ਦਿੱਤਾ ਖਰਾਬ। ਦੱਸੋ ਸੂਰਜ ਫੁੱਟਬਾਲ ਜਿੱਡਾ, ਧਰਤੀ ਸਰੋਂ ਦੇ ਜਾਣ ਦਾਣੇ ਜਿੱਡੀ, ਅਤੇ ਉਹ ਸੂਰਜ ਕਿੱਥੇ ਲਾਇਆ, ਕਿਹੜੀਆਂ ਮਸ਼ੀਨਾਂ ਨੇ ਖਰਾਦਿਆ ਇਹਨੂੰ, ਇਹ ਸਾਰੀਆਂ ਗੱਪ ਕਹਾਣੀਆਂ ਨੇ। ਪਰ ਲੋਕ ਵਿਚਾਰੇ ਭੋਲੇ ਨੇ, ਗਿਆਨ ਵੀ ਹੁਣਾ ਗਾਵੇਗੀ ਤਾਂ ਭੁੱਖੇ ਮੁੱਲਾਂ ਘਰੇ ਮਸੀਤ ਵਾਲੀ ਗੱਲ ਹੋਈ ਆ। ਜਿੰਨਾ ਇਤਿਹਾਸ ਤੁਸੀਂ ਆ ਦੋ ਤਿੰਨ ਦਿਨ ਵਿੱਚ ਸੁਣਾਇਆ, ਯਕੀਨ ਕਰਕੇ ਜਾਣਿਓ ਤੁਸੀਂ ਗੁਰੂ ਦੇ ਸਿੱਖ ਜੇ ਲੂੰ ਕੰਢੇ ਖੜ੍ਹੇ ਹੋ ਗਏ ਨੇ। ਇਹ ਇਤਿਹਾਸ ਰਾਗੀ ਢਾਡੀ ਪ੍ਰਚਾਰਕ ਸੁਣਾਉਂਦਾ ਹੀ ਕੋਈ ਨਹੀਂ, ਹੱਦ ਹੋ ਗਈ। ਬਾਬੇ ਜੀ ਫਲਾਣੇ ਬਾਬੇ ਜੀ ਨੇ ਆਹ ਗੱਲ ਆਖੀ, ਫਲਾਣੇ ਬਾਬਾ ਜੀ ਨੇ ਆਹ ਗੱਲ ਆਖੀ, ਜਿੰਨਾ ਤੁਸੀਂ ਇਤਿਹਾਸ ਸੁਣਾਉਂਦੇ ਦੱਸੋ ਬੰਦਾ ਸਿੰਘ ਬਹਾਦਰ ਦੇ ਵੇਲੇ ਕੋਈ ਸੰਤ ਹੋਇਆ, ਮਹਾਰਾਜ ਰਣਜੀਤ ਸਿੰਘ ਦੇ ਰਾਜ ਭਾਗ ਤੱਕ ਕੋਈ ਸੰਤ ਇਹੋ ਜਿਹਾ ਹੋਇਆ ਕਰਾਮਾਤੀ। ਪਰ ਜਿੰਨਾ ਇਹ ਲਾਉਣਾ ਹੀ ਧਰਮ ਨਾਲ ਇਹ ਗੱਪ ਗਪੌੜੇ ਸੁਣਾਉਣ ਡਿਆ ਸੂਰਜ ਪ੍ਰਕਾਸ਼ ਅਤੇ ਗੁਰਬਲਾਸ ਪਾਸ਼ਾ ਸੇਵੀ ਸੁਣਾਉਣ ਡਿਆ,
ਨਾ ਇਹ ਗੁਰਬਾਣੀ ਨੂੰ ਪੜ੍ਹਦੇ ਨੇ ਅਤੇ ਨਾ ਗੁਰਬਾਣੀ ਦੇ ਲਾਗੇ ਗਏ ਨੇ ਜਿੰਨੇ ਸਾਧ ਨੇ, ਖਾਸ ਕਰਕੇ ਜਿਹੜਾ ਗਿਆਨ ਗੁਰਮਤਿ ਮਿਸ਼ਨਰੀ ਕਾਲਜ ਲੁਧਿਆਣੇ ਵਾਲੇ ਆ ਜਾਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ ਵਾਲੇ ਬੰਦੇ ਨੇ ਨਾ, ਖੈਰ ਉਹ ਬੰਦੇ ਗੱਲ ਕਰਦੇ ਕੰਮ ਦੀ, ਬਾਕੀ ਸਾਧ ਲਾਣਾ ਦੇ ਪੜ੍ਹੇ ਹੀ ਕੁਝ ਨਹੀਂ। ਜਿੰਨਾ ਇਤਿਹਾਸ ਤੁਸੀਂ ਇਹਨਾਂ ਦਿਨਾਂ ਸਰਵਣ ਕਰਾਇਆ ਜਾਂ ਕਰਵਾ ਰਹੇ ਹੋ, ਇਹ ਤਾਂ ਜਿੰਨੇ ਜਿੰਨੇ ਪ੍ਰਚਾਰਕ ਨੇ ਯਕੀਨ ਕਰਕੇ ਜਾਣਿਓ 90% ਇਹ ਗੁਰਬਾਣੀ ਤੋਂ ਅਤੇ ਇਤਿਹਾਸ ਤੋਂ ਕੋਈ ਦੂਰ ਨੇ। ਇਹ ਆਪਣੇ ਆਪਣੇ ਬਾਬਾ ਜੀ ਦੀਆਂ ਗੱਲਾਂ ਕਰਨਗੇ, ਸਾਡੇ ਬਾਬਾ ਜੀ ਨੇ ਆਹ ਗੱਲ ਆਖੀ, ਸਾਡੇ ਬਾਬਾ ਜੀ ਨੇ ਅਖੰਡ ਪਾਠ 24 ਘੰਟੇ ਨਹੀਂ 48 ਘੰਟੇ 'ਚ ਇਕੱਲੇ ਨੇ ਕਰ ਦਿੱਤਾ। ਬਸ ਦੁਨੀਆਂ ਭੋਲੀ ਆ, ਉਹਦੇ ਮਗਰ ਲੱਗ ਤੁਰੂਗੀ, ਦੁਨੀਆਂ ਗਰਜਾਂ ਦੀ ਮਾਰੀ ਆ। ਸਾਡੇ ਬਾਬਾ ਜੀ ਨੇ ਆਹ ਕੀਤਾ, ਸਾਡੇ ਆਹ ਬਾਬਾ ਜੀ ਨੇ ਕੀਤਾ। ਇੱਕ ਉਹ ਤੁਰਿਆ ਫਿਰਦਾ ਚਿਮਟਿਆਂ ਵਾਲਾ, ਆਂਦਾ ਨੀਲਿਆ ਖੋਲ ਤੇ ਢੱਕਣ, ਮੀਂਹ ਆ ਗਿਆ, ਹੁਣ ਔੜ ਲੱਗੀ ਆ, ਵਾਹ ਮੀਂਹ ਯਾਰ, ਹੁਣ ਤੁਹਾਡੇ ਬਾਬੇ ਮਰ ਗਏ ਨੇ, ਹੁਣ ਜਿਉਂ ਨਹੀਂ ਮੀਂਹ ਪਾਉਂਦੇ। ਇਹਨਾਂ ਦੇ ਬਾਬੇ 48-48 ਘੰਟੇ ਅਖੰਡ ਪਾਠ ਕਰ ਜਾਂਦੇ ਨੇ, ਮੇਰੇ ਨਹੀਂ ਮੰਨਣ 'ਚ ਆਉਂਦਾ 48 ਘੰਟੇ ਅਖੰਡ ਪਾਠ ਕਰ ਜਾਂਦਾ ਹੋਵੇ ਬੰਦਾ। 2 ਘੰਟੇ ਅਖੰਡ ਪਾਠ ਕਰੇ ਨਾ ਬੰਦਾ ਲਗਾਤਾਰ ਅਤੇ ਸਿਰ ਬੋਲ ਜਾਂਦਾ, ਇਹ ਪਤਾ ਨਹੀਂ ਕਿੱਦਾਂ ਕਰ ਜਾਂਦੇ ਨੇ। ਪਰ ਲੋਕ ਵਿਚਾਰੇ ਭੋਲੇ ਨੇ, ਮਿਹਰਬਾਨੀ ਟਵਾਣਾ ਸਾਹਿਬ, ਮਨ 'ਤੇ ਕੰਟਰੋਲ ਕਰਨਾ ਚਾਹੀਦਾ, ਮਨ 'ਤੇ। ਥੈਂਕ ਯੂ, ਮਿਹਰਬਾਨੀ। ਸੋ ਬਾਈ ਜੀ ਸਤਨਾਮ ਸਿੰਘ ਪਾਨਵਾ ਸਾਹਿਬ ਆਪਣਾ ਵਿਚਾਰ ਦੇ ਰਹੇ ਸੀ, ਬਿਲਕੁਲ ਸਮੇਂ ਦਾ ਸੱਚ ਹੈ। ਦੇਖੋ ਇੱਕ ਬਾਈ ਜੀ ਮੈਸੇਜ ਹੈ, ਪੰਕਜ ਤਲਵਾੜ, ਹਾਂ ਤਲਵਾੜ ਸਾਹਿਬ ਪਹਿਲਾਂ ਵੀ ਜੁੜਦੇ ਹੁੰਦੇ ਆ, ਆਸਟ੍ਰੇਲੀਆ ਪਰਥ ਤੋਂ ਨੇ, ਹਾਕੀ ਦੀ ਰਾਜਧਾਨੀ ਹੈ। ਇੰਦਰ ਭਾਅ ਜੀ ਨੂੰ ਇਹਨਾਂ ਨੇ ਆਖਿਆ ਨਕੋਦਰ ਵਾਲਿਆਂ ਨੂੰ, ਕਹਿੰਦੇ ਆਇਆ ਵੀ ਮੈਂ ਵੀ ਪਰਥ ਤੋਂ ਹੈ, ਲਿਸਨਿੰਗ ਦਿਸ ਰੇਡੀਓ, ਥੈਂਕ ਯੂ। ਸ਼ਾਇਦ ਤੁਸੀਂ ਨੰਬਰ ਅਗਰ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਤਲਵਾਰ ਸਾਹਿਬ ਮੈਨੂੰ ਮੈਸੇਜ ਕਰ ਲਓ, ਮੈਂ ਤੁਹਾਨੂੰ ਆਪਣਾ ਬਾਈ ਜੀ ਦੇ ਨੰਬਰ ਦੇ ਦਾਂਗਾ। ਸੋ ਇੱਕ ਸ਼ਹਿਰ 'ਚ ਵਾਸਤੇ ਜ਼ਰੂਰ ਆਪਸੀ ਰਾਬਤਾ ਹੋਣਾ ਚਾਹੀਦਾ, ਕਿਉਂਕਿ ਬੰਦਾ ਬੰਦੇ ਦਾ ਦਾਰੂ ਹੈ, ਇਹ ਸਾਂਝਾਂ ਬਣਨੀਆਂ ਚਾਹੀਦੀਆਂ ਨੇ। ਸੋ ਚੰਗਾ ਲੱਗਦਾ ਇਸ ਤਰ੍ਹਾਂ ਆਪਸ ਦੇ ਵਿੱਚ, ਤੁਸੀਂ ਵੇਖੋ ਇੱਕ ਸਰਕਲ ਬਣ ਜਾਂਦਾ, ਨਹੀਂ ਤਾਂ ਜਿਸ ਤਰ੍ਹਾਂ ਦੇ ਹਾਲਾਤ ਨੇ ਨਾ ਕਿ ਬੰਦਾ ਬੰਦੇ ਨਾਲੋਂ ਟੁੱਟ ਹੀ ਜਾਂਦਾ। ਇਸੇ ਕਰਕੇ ਅੱਜ ਕੱਲ੍ਹ ਅਸੀਂ ਟੁੱਟੇ ਪਏ ਹਾਂ, ਬਿਲਕੁਲ ਬੁਝੇ ਪਏ ਹਾਂ, ਕੰਮ ਕਰਨ ਨੂੰ ਦਿਲ ਕੋਈ ਨਹੀਂ ਕਰਦਾ। ਸੋ ਇਸ ਤਰ੍ਹਾਂ ਦਾ ਸਿਲਸਿਲਾ ਵੀ ਕਿਤੇ ਨਾ ਕਿਤੇ ਨਾ ਨੁਕਸਾਨਦਾਇਕ ਹੈ। ਅਤੇ ਸਾਦੁਲ ਸਰਦੂਲ ਸਿੰਘ, ਹੁਣ ਮੈਸੇਜ ਬਾਈ ਜੀ ਦਾ ਪਰਸਨਲ ਹੈ, ਪਤਾ ਨਹੀਂ ਕਿਸ ਤਰ੍ਹਾਂ ਇਹ, ਮੈਨੂੰ ਪਤਾ ਨਹੀਂ, ਖੈਰ ਕੋਈ ਨਹੀਂ, ਚਲੋ ਮੈਂ ਸੁਣ ਕੇ ਸ਼ਾਮ ਨੂੰ ਫਿਰ ਕਲੀਅਰ ਕਰ ਦਾਂਗਾ, ਕਿਉਂਕਿ ਮੈਂ ਸੁਣ ਤਾਂ ਸਕਦਾ ਨਹੀਂ ਹੁੰਦਾ। ਅਤੇ ਬਾਈ ਜੀ ਹਰਦੇਵ ਕਮਲ ਸਾਹਿਬ, ਪ੍ਰੋਫੈਸਰ ਸਾਹਿਬ ਵੀ ਵਧਾਈਆਂ ਭੇਜਦੇ ਆ ਜਨਮਦਿਨ ਦੀਆਂ, ਥੈਂਕ ਯੂ। ਬਾਈ ਜੀ ਤਰਨ ਤਾਰਨ ਤੋਂ ਧਰਮਿੰਦਰ ਜੀ ਵੀ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਬਾਰੇ ਸੁਣਿਆ, ਬਹੁਤ ਚੰਗਾ ਲੱਗਾ, ਅਤੇ ਅੱਜ ਦੇ ਹਾਲਾਤਾਂ 'ਚ ਤੁਹਾਡੇ ਵਰਗੇ ਪੱਤਰਕਾਰ ਨੂੰ ਰਾਸ਼ਟਰੀ ਮੀਡੀਆ ਬਰਦਾਸ਼ਤ ਨਹੀਂ ਕਰਦਾ, ਇਸ ਲਈ ਬਹੁਤ ਸਾਰੇ ਲੋਕ ਤੁਹਾਡੇ ਗੁਣਾਂ ਤੋਂ ਵਾਂਝੇ ਰਹਿ ਜਾਂਦੇ ਨੇ। ਥੈਂਕ ਯੂ, ਮਿਹਰਬਾਨੀ ਜੀ ਦੋਵਾਂ ਵਾਸਤੇ। ਨਹੀਂ ਦੇਖੋ, ਉਹਦੇ 'ਚ ਕੰਪੈਰੇਟਿਵ ਸਟੱਡੀ ਹੋਣੀ ਚਾਹੀਦੀ ਹੈ, ਇਤਿਹਾਸ ਦੇ ਸਾਰੇ ਪੱਖ ਸਾਨੂੰ ਨਾ ਆਪਣਾ ਧਰਮ ਜਾਤ ਵਿਸ਼ੇਸ਼ ਤੋਂ ਉੱਪਰ ਉੱਠ ਕੇ ਸੋਚਣੇ ਚਾਹੀਦੇ ਨੇ, ਹਰ ਧਰਮ ਦੇ ਵਿੱਚ ਚੰਗਾਈਆਂ ਬੁਰਾਈਆਂ ਜੋ ਵੀ ਚੀਜ਼ਾਂ ਨੇ, ਕਿਉਂਕਿ ਜਦੋਂ ਤੁਸੀਂ ਆਪਣਾ ਉਸ ਦੇ ਵਿੱਚ ਖਾਸ ਕਿਸਮ ਦਾ ਲਗਾ ਰੱਖਦੇ ਹੋ ਤਾਂ ਲਪੇਟੇ 'ਚ ਆ ਜਾਂਦੇ ਹੋ। ਦੀਨਾਨਾਥ ਸ਼ਰਮਾ ਜੀ ਥੈਂਕ ਯੂ, ਯੁਗਰਾਜ ਗਿੱਲ ਥੈਂਕ ਯੂ, ਮੁਕੱਦਰ ਜੀ ਥੈਂਕ ਯੂ, ਮਿਹਰਬਾਨੀ। ਅਤੇ ਪਰਮਿੰਦਰ ਸਿੰਘ ਲੰਗੇਰੀ ਜੀ ਥੈਂਕ ਯੂ, ਰਜਿੰਦਰ ਚੀਮਾ ਬਾਈ ਜੀ ਸਬਸਕ੍ਰਾਈਬਰ ਨੇ ਥੈਂਕ ਯੂ, ਡਾਕਟਰ ਮਲਕੀਤ ਸਿੰਘ ਪੱਟੀ ਸਾਹਿਬ ਥੈਂਕ ਯੂ ਜੀ, ਸਮੇਂ ਵਾਲੇ ਸਾਹਿਬ ਤੋਂ ਸਿਰਾ ਲਾ ਕੇ ਕੰਗ ਸਾਹਿਬ ਕਹਿੰਦੇ, ਗੁਰਲਾਲ ਸਿੰਘ ਕੰਗ ਸਾਹਿਬ ਫੋਟੋ ਚੇਂਜ ਕਰਤੀ ਤੁਸੀਂ ਕਿ ਦੂਜੀ ਆਈ ਡੀ ਹੈ? ਅੱਛਾ, ਇੱਕ ਤਾਂ ਹੋਰ ਆਈ ਡੀ, ਇੱਕ ਤਾਂ ਹੋਰ ਹੈ, ਕੰਗ ਸਾਹਿਬ ਇਹ ਦੂਸਰੇ ਨੇ ਸਮੇਂ ਵਾਲੇ ਸਾਹਿਬ ਨੂੰ, ਇਹ ਇੱਕ ਸੇਮ ਹੀ ਹੋਏਗਾ ਮੇਰੇ ਖਿਲਾਫ, ਫੋਟੋ ਦੂਸਰੀ ਨਜ਼ਰ ਆ ਰਹੀ ਹੈ।
ਹਰਦੇਪਾਲ ਸਿੰਘ, ਥੈਂਕ ਯੂ। ਅਤੇ ਨਾਲ ਨਾਲ ਕੁਛ ਖਬਰਾਂ, ਧਰਮ ਤੋਂ ਗੱਲ ਯਾਦ ਆਇਆ, ਗ੍ਰੰਥੀ ਸਿੰਘ ਬਲਦੇਵ ਸਿੰਘ ਬਟਾਲਾ, ਉਹਨਾਂ ਨੇ ਵੀ ਪਾਰਟੀ ਬਣਾ ਲਈ, ਆਪਣੀ ਰਾਜਨੀਤਿਕ ਪਾਰਟੀ ਦਾ ਗਠਨ ਕਰ ਦਿੱਤਾ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ। ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਜਥੇਦਾਰ ਬਲਦੇਵ ਸਿੰਘ ਬਟਾਲਾ ਨੇ ਵੀ ਰਾਜਨੀਤਿਕ ਪਾਰਟੀ ਸ਼ੇਰੇ ਪੰਜਾਬ ਦਲ ਦਾ ਗਠਨ ਕਰ ਦਿੱਤਾ, ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ, ਜਿਸ ਦੇ ਵਿੱਚ ਕੁਝ ਲੋਕ ਸ਼ਾਮਲ ਕੀਤੇ ਗਏ ਨੇ। ਇਸ ਦੇ ਨਾਲ ਨਾਲ ਬਠਿੰਡਾ ਜ਼ੀਰਕਪੁਰ ਕੌਮੀ ਮਾਰਗ 'ਤੇ ਪੁੱਛੋ ਕੈਂਚੀਆਂ ਦੇ ਨੇੜੇ ਇੱਕ ਖਾਲੀ ਕਮਰੇ 'ਚੋਂ 23 ਵਰ੍ਹਿਆਂ ਦੇ ਇੱਕ ਮੁੰਡੇ ਦੀ ਲਾਸ਼ ਮਿਲੀ ਹੈ, ਜਿਸ ਦੀ ਪਹਿਚਾਣ ਖੁਸ਼ਦੀਪ ਸਿੰਘ ਵਾਸੀ ਚੱਕ ਫਤਿਹ ਸਿੰਘ ਵਾਲਾ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਗੁਰਪ੍ਰੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਜਾਂ ਹੋਰ ਸਾਰਿਆਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਨਸ਼ੇ ਦੇ ਕਾਰਨ ਇਹ ਮਜ਼ਦੂਰ ਪਰਿਵਾਰ ਦਾ ਲੜਕਾ ਫੌਤ ਹੋਇਆ, ਜਿਸ ਦਾ ਭੋਗ ਸੀਗਾ, ਅਤੇ ਇਹ ਅਤੇ ਇਸ ਨੌਜਵਾਨ ਦਾ ਸੰਸਕਾਰ ਹੋਏਗਾ। ਸੋ ਇਸ ਸਿਲਸਿਲੇ ਵਿੱਚ ਇਹ ਖੁਸ਼ਦੀਪ ਨੂੰ ਹੈਪੇਟਾਈਟਸ ਬੀ ਦੀ ਬਿਮਾਰੀ ਸੀ, ਪਰ ਫਿਰ ਵੀ ਉਹ ਨਸ਼ੇ ਤੋਂ ਨਹੀਂ ਸੀ ਹਟਦਾ। ਇਸੇ ਤਰ੍ਹਾਂ ਖਬਰ ਆਪਣੀ ਵਿਚਕਾਰ ਰਹਿ ਗਈ ਸੀ, ਦੋ ਜਗ੍ਹਾ 'ਤੇ ਜਿਹੜਾ ਸਰਹੱਦ ਪਾਰੋਂ ਤਸਕਰੀ ਚੱਲਦੀ ਹੈ। ਸੋ 9 ਕਿਲੋ 200 ਗ੍ਰਾਮ ਚਿੱਟਾ ਬਰਾਮਦ ਕੀਤਾ ਗਿਆ, ਜਿਸ ਦੇ ਵਿੱਚ ਦੱਸਿਆ ਗਿਆ ਕਿ ਚਿੱਟਾ ਪਾਕਿਸਤਾਨ ਤੋਂ ਆ ਰਿਹਾ ਸੀ। ਅਤੇ ਉੱਧਰ ਪੰਜਾਬ ਪੁਲਿਸ ਨੇ ਅੰਤਰਰਾਜੀ ਫੀਮ ਤਸਕਰੀ ਗਰੋਹ ਨੂੰ ਗ੍ਰਿਫਤਾਰ ਕਰਕੇ 66 ਕਿਲੋ ਨਸ਼ੀਲੇ ਪਦਾਰਥ ਜੋ ਗ੍ਰਿਫਤਾਰ ਕੀਤੇ ਸਨ ਬੀਤੇ ਦਿਨ, ਅਤੇ ਜਿਨ੍ਹਾਂ ਦੀ ਪਹਿਚਾਣ ਸੁਖਜਾਤ ਸਿੰਘ ਅਤੇ ਜੁਗਰਾਜ ਸਿੰਘ ਵਜੋਂ ਹੋਈ ਹੈ। ਅਤੇ ਇਸ ਦੌਰਾਨ ਪਾਕਿਸਤਾਨ ਤੋਂ ਇੱਕ ਡਰੋਨ ਆਇਆ, ਹੁਸੈਨੀਵਾਲਾ ਬਾਰਡਰ ਦੇ ਲਾਗੇ ਪਿੰਡ ਬਾਰੇਕੇ ਦੇ ਖੇਤਾਂ ਦੇ ਵਿੱਚ ਡਿੱਗਿਆ। ਇਸ ਡਰੋਨ ਦੇ ਲਾਗਿਓਂ 0.5 ਕਿਲੋ ਹੈਰੋਇਨ ਵੀ ਬਰਾਮਦ ਕੀਤੀ ਗਈ ਆ। ਐਡਵੋਕੇਟ ਸੈਣੀ ਸਾਹਿਬ, ਸਵਾਗਤ ਹੈ। ਰਾਜਨ ਭਾਅ ਜੀ। ਹਾਂਜੀ ਟਵਾਣਾ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਅਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਜੀ ਜਨਾਬ, ਟਵਾਣਾ ਸਾਹਿਬ ਮੈਂ